ਲੈ ਮੈਂ ਤਾਂ ਮਾੜਾ ਮੋਟਾ ਕੋਈ ਚੀਜ਼ ਬਣਾਉਣੀ ਸੀਗੀ ਬੇਬੇ। ਓਹੋ ਬੇਬੇ ਤਾਂ ਆ ਬੈਠੀ ਹੈਗੀ, ਬੇਬੇ ਨੂੰ ਪੁੱਛ ਲਾ। ਬੇਬੇ हाँ पुत्र, ਮੈਂ ਨਾ ਬਣਾਉਂਦੀ ਸੀਗੀ ਰਸੋਈ ਚ ਕੋਈ ਚੀਜ਼, ਤੇ ਤੁਸੀਂ ਕੀ ਖਾਣਾ ਦੱਸਿਓ। ਤੂੰ ਕੀ ਬਣਾਉਂਦੀ ਸੀ ਪੁੱਤ? ਮੈਂ ਤਾਂ ਵੀ ਕੋਈ ਨਮਕੀਨ ਹੀ ਬਣਾਉਣੀ ਆ। ਨਮਕੀਨ ਤਾਂ ਕੀ ਖਾਦਾ ਜਾਂਦਾ ਪੁੱਤ, ਉਹਦੀਆਂ ਗੜਾਣੇ ਵਾਲੀਆਂ ਸੇਵੀਆਂ ਬਣਾ ਲਾ। ਬੇਬੇ ਗੜਾਣੇ ਵਾਲੀਆਂ ਸੇਵੀਆਂ? ਹੋਰ ਤਾਂ ਕਦੇ ਗੜਾਣੇ ਵਾਲੀਆਂ ਸੇਵੀਆਂ ਹੀ ਨਹੀਂ ਜਾਣਦੀ ਵੀ ਹੁੰਦੀਆਂ ਕਿਵੇਂ, ਬਣਦੀਆਂ ਕਿਵੇਂ। ਮੈਂ ਤਾਂ ਕਦੇ ਬਣਾਈਆਂ ਨਹੀਂ। ਬਣਾਉਣ ਨੂੰ ਕੀ ਆ ਪੁੱਤ, ਇਹਨਾਂ ਕੋ ਗੁੜ ਪਾ ਕੇ ਗਲਾਸ ਕ ਪਾਣੀ ਦਾ ਪਾ ਕੇ ਚਾਸ਼ਨੀ ਉਬਲਣੀ ਧਰ ਦੇ ਤੇ ਪੁਣ ਕੇ ਮਗਰ ਵਿੱਚ ਸੇਵੀਆਂ ਪਾ ਦੀ। ਬੇਬੇ ਮੈਂ ਤਾਂ ਕਦੇ ਖਾਦੀਆਂ ਨਹੀਂ, ਮਿੱਠਾ ਮੈਨੂੰ ਤਾਂ ਪਸੰਦ ਨਹੀਂ, ਮੈਨੂੰ ਤਾਂ ਨਮਕੀਨ ਹੀ ਪਸੰਦ ਹੈ। ਬੱਚੇ ਵੀ ਉਹੀ ਖਾਂਦੇ, ਦੇਖ ਮੈਂ ਵੀ ਉਹੀ ਖਾਂਦੀ ਹਾਂ, ਸਾਨੂੰ ਤਾਂ ਆਦਤ ਬਣ ਰਹੀ ਹੈ। ਤਾਂ ਤੁਸੀਂ ਨਮਕੀਨ ਬਣਾ ਲਾ ਪੁੱਤ, ਫਿਰ ਜੇ ਨਹੀਂ ਹੋਰ ਕੁਛ ਆਉਂਦਾ ਨਾ ਤੇ ਉੱਥੇ ਸ਼ੱਕਰ ਪਾ ਕੇ ਦੇਸੀ ਘਿਓ ਪਾ ਕੇ ਮੈਨੂੰ ਚੂਰੀ ਕੁੱਟ ਦੇ। ਚੱਲ ਬੇਬੇ ਕੁੱਟ ਦੂੰਗੀ। ਬੇਬੇ ਤੂੰ ਤਾਂ ਮਿੱਠਾ ਵਾਲਾ ਖਾਂਦੀ ਹੈ ਨਾ, ਪਰ ਪਹਿਲਾਂ ਹੈਗਾ ਬੁੜੇ ਤਾਂ ਤੂੰ ਮਿੱਠਾ ਹੀ ਖਾਂਦੇ, ਬੁੜੇ ਬੁੜੀਆਂ ਤਾਂ ਕਹਿੰਦੇ। ਬੇਬੇ ਤੂੰ ਇੰਨਾ ਮਿੱਠਾ ਖਾਂਦੀ ਹੈ ਤੈਨੂੰ ਸ਼ੂਗਰ ਹੋ ਜਾਊਗਾ। ਨਾ ਨਾ ਮੈਨੂੰ ਨਹੀਂ ਸ਼ੂਗਰ ਹੁੰਦਾ, ਮੇਰੇ ਤਾਂ ਸ਼ੂਗਰ ਕੋਲ ਦੀ ਵੀ ਨਹੀਂ ਟੱਪਦਾ ਭਾਈ। ਸ਼ੂਗਰ ਮੈਨੂੰ ਕਹੋ, ਸ਼ੂਗਰ ਹੋਵੇ ਮੇਰੇ ਬੈਰੀਆਂ ਨੂੰ। ਚਲੋ ਆਪਾਂ ਦਾ ਇੱਕ ਬੈਰੀਆਂ ਨੂੰ ਕਿਉਂ ਕਿਸੇ ਨੂੰ ਕਹਿਣਾ ਹੈ ਨਾ, ਬੈਰੀ ਆਪਣੇ ਕੌਣ ਹੈ ਬੇਬੇ? ਨਾ ਨਾ ਮੈਨੂੰ ਕਹੋ ਸ਼ੂਗਰ, ਫਿਰ ਤੂੰ ਕਿਉਂ ਕਹਿੰਦੀ ਪੁੱਤ ਮੈਨੂੰ ਵੀ ਸ਼ੂਗਰ ਹੋ ਜਾ, ਮੈਨੂੰ ਸ਼ੂਗਰ ਨਹੀਂ ਹੁੰਦਾ। ਬੇਬੇ ਮੈਂ ਤਾਂ ਤੁਹਾਨੂੰ ਮਿੱਠੇ ਤੋਂ ਕਹਿੰਦੀ ਆ ਵੀ ਇੰਨੀ ਵੱਡੀ ਉਮਰ 'ਚ ਮਿੱਠਾ ਵਾਲਾ ਚੰਗਾ ਨਹੀਂ ਹੁੰਦਾ। ਕੋਈ ਨਾ ਪੁੱਤ ਕਹਿੰਦੇ ਜਦ ਤਾ ਜੂਰੀ ਕੁੱਟਣੀ ਕੁੱਟ ਦੇ, ਨਹੀਂ ਫਿਰ ਕਹਿੰਦੇ ਨਹੀਂ ਕੁੱਟਣੀ ਤੂੰ ਆਦੀ ਸੇਵਿੰਗ ਰਹਿਣ ਕੇ ਖਾ ਲੈ, ਮੈਂ ਬੈਠੀ ਹਾਂ ਜਿਹੀ ਜੀ ਹੈਗੀ ਆ। ਨਹੀਂ ਮੈਂ ਤਾਂ ਸੇਵਿੰਗਾਂ ਬਣਾਉਂਦੀ ਨਹੀਂ, ਮੈਂ ਤਾਂ ਨਮਕੀਨ ਬਣਾਉਣੀ ਆ। ਜੇ ਤੁਸੀਂ ਖਾਣਾ ਨਾ ਮੈਂ ਦੱਸ ਦਿਓ। ਨਹੀਂ ਫਿਰ ਐਂ ਕਰੋ, ਤੁਹਾਡੇ ਹਿਸਾਬ ਨਾਲ ਮੈਂ ਬਣਾ ਦਿੰਦੀ, ਤੁਸੀਂ ਮੈਨੂੰ ਦੱਸ ਦਿਓ, ਤੁਹਾਡੇ ਖਾਤਰ ਇੱਕ ਬਾਟੀ ਬਣਾ ਕੇ ਦੇ ਦਿੰਦੀ ਮੈਂ ਤੁਹਾਨੂੰ। ਚਲ ਹਾਂ ਕਰ ਲੈ ਭਾਈ। ਹਾਂ ਵੀ ਤੁਸੀਂ ਖਾਣੀ ਹੈ, ਫਿਰ ਤੁਸੀਂ ਐਂ ਕਹੋਗੇ ਮੇਰੀ ਨੂੰਹ ਮਸਾ ਆਈ ਸੀ ਮੇਰੇ ਕੋਲੇ, ਜੇ ਚੀਜ਼ ਮੰਗੀ ਕੋਈ ਉਹ ਵੀ ਬਣਾ ਕੇ ਨਹੀਂ ਦਿੱਤੀ ਮੈਨੂੰ। ਤੂੰ ਖਾ ਕੇ ਤਾਂ ਦੇਖ, ਫਿਰ ਮੈਂ ਬਣਾ ਕੇ ਦੇਣੀ ਤੈਨੂੰ, ਤੂੰ ਖਾ ਕੇ ਦੇਖੀ ਵੀ ਕਿੰਨੀ ਸਵਾਦ ਆ, ਮੈਂ ਬਣਾ ਦਿੰਦੀ ਹਾਂ। ਚਲ ਬੇਬੇ ਆਪਾਂ ਦੋਨੀ ਬਣਾਉਣੀਆਂ, ਮੈਂ ਤਾਂ ਨਮਕੀਨ ਬਣਾਉਣੀ ਆ, ਤੁਸੀਂ ਗੁੜ ਵਾਲੀਆਂ ਸੇਵੀਆਂ ਬਣਾਓ। ਆ ਜਾਓ ਫਿਰ ਦੇਖਦੇ ਸੱਸ ਨੂੰਹਾਂ ਦਾ ਚਾਹ ਵੀ ਕਿਹੜੇ ਦਾ ਜ਼ਿਆਦਾ ਸਵਾਦ ਹੋ। ਚਲ ਆ ਜਾਓ ਫਿਰ, ਆਪਾਂ ਦੋਨੇ ਬਣਾਵਾਂਗੇ। ਤੂੰ ਸ਼ਹਿਰਾਂ ਦਾ ਖਾਣਾ ਬਣਾ ਤੇ ਮੈਂ ਪਿੰਡਾਂ ਦਾ ਬਣਾਉ। ਚਲ ਬੇਬੇ ਦੇਖ ਲਾ ਜਾ ਫਿਰ ਬਣਾਈਏ। ਪ੍ਰੀਤ, ਉਹ ਮੈਨੂੰ ਭੁੱਖ ਲੱਗੀ ਪਈ ਐ, ਖਾਣ ਲਈ ਲਿਆ ਕੁਛ? ਖਾਣ ਲਈ ਤਾਂ ਮੈਂ ਕੀ ਬਣਾਇਆ ਖਾਣੇ ਚ? ਖਾਣੇ ਚ ਮੈਂ ਤਾਂ ਨਮਕੀਨ ਬਣਾਇਆ। ਅੱਛਾ ਹਾਂ, ਤੇ ਬੇਬੇ ਨੇ ਬਣਾਇਆ ਗੁੜ ਪਾ ਕੇ ਸੇਵੀਆਂ। ਗੁੜ ਪਾ ਕੇ ਸੇਵੀਆਂ ਨੀ, ਉਹਨੂੰ ਗੜਾਣਾ ਸੀ ਵੀ ਕਹਿੰਦੇ ਨੇ। ਅੱਛਾ ਹਾਂ, ਬੇਬੇ ਕਹਿੰਦੀ ਸੀ ਪਹਿਲਾਂ ਮੈਨੂੰ, ਮੇਰੇ ਤਾਂ ਨਹੀਂ ਦੇਖ ਪਸੰਦ। ਮੈਂ ਬੇਬੇ ਨੂੰ ਆਖਿਆ ਵੀ ਮੈਂ ਤਾਂ ਨਹੀਂ ਬੇਬੇ ਖਾਂਦੀ। ਬੇਬੇ ਕਹਿੰਦੀ ਤੂੰ ਇੱਕ ਚਮਚਾ ਲਾ ਕੇ ਦੇਖ। ਜਦੋਂ ਮੈਂ ਖਾ ਕੇ ਦੇਖਿਆ ਸਵਾਦ ਮੈਨੂੰ ਵੀ ਲੱਗਿਆ। ਉਹ ਸਵਾਦ ਤਾਂ ਲੱਗਣੀ ਸੀ, ਉਹ ਬੇਬੇ ਦਾ ਗੜਾਣੇ ਵਾਲੀਆਂ ਸੇਵੀਆਂ ਬਹੁਤ ਵਧੀਆ ਬਣਾਇਆ ਕਰਦੀ ਸੀਗੀ, ਸਾਨੂੰ ਖਵਾਇਆ ਕਰਦੀ ਸੀਗੀ। ਮੈਂ ਬੇਬੇ ਨੂੰ ਕਿਹਾ ਸੀ ਮੈਂ ਬੇਬੇ ਤੁਹਾਡੀ ਉਮਰ ਬਾਹਲੀ ਹੋਈ ਪਈ ਐ, ਤੁਹਾਨੂੰ ਸ਼ੂਗਰ ਸ਼ਾਗਰ ਨਾ ਹੋ ਜੇ। ਬੇਬੇ ਕਹਿੰਦੀ ਮੈਨੂੰ ਨਹੀਂ ਹੁੰਦਾ ਸ਼ੂਗਰ। ਉਹ ਸ਼ੂਗਰ ਤਾਂ ਨਾ ਜਿਹੜੀ ਆਪਾਂ ਆ ਚੀਨੀ ਵਰਤਦੇ ਆ, ਚਿੱਟੀ ਚੀਨੀ, ਇਹ ਬਹੁਤ ਜ਼ਿਆਦਾ ਸ਼ੂਗਰ ਕਰਦੀ ਐ, ਗੁੜ ਨਾਲ ਸ਼ੂਗਰ ਨਹੀਂ ਹੁੰਦਾ ਹੁੰਦਾ। ਹਾਂ, ਪਿੰਡਾਂ ਚ ਤਾਂ ਨਾ ਦੇਸੀ ਹੁੰਦਾ ਹੈਗਾ। ਤੇ ਮੈਂ ਤਾਂ ਨਾ ਆਪਦੀ ਮਾਂ ਦੀਆਂ ਬਣੀਆਂ ਹੋਈਆਂ ਗੜਾਣੇ ਦੀਆਂ ਸੇਵੀਆਂ ਉਹੀ ਖਾਊਂਗਾ, ਮੈਨੂੰ ਤਾਂ ਗੜਾਣੇ ਦੀਆਂ ਸੇਵੀਆਂ ਲਿਆ ਕੇ ਦੇ। ਉਹ ਸੇਵੀਆਂ ਤਾਂ ਤੁਹਾਨੂੰ ਮੈਂ ਲਿਆ ਦੂੰਗੀ ਗੜਾਣੇ ਵਾਲੀਆਂ, ਜਿਹੜੇ ਆਪਾਂ ਕੰਮ ਵਾਸਤੇ ਆਏ, ਮਾੜਾ ਮੋਟਾ ਉਹ ਕੰਮ ਦੇ ਵੀ ਰਾਹ ਪੈ ਜਾ। ਹੈ ਜਾਣਾ ਵੀ ਹੈ ਫਿਰ ਜਵਾਕਾਂ ਕੋਲੇ ਵੀ ਜਾਣਾ, ਹੁਣ ਆਪਾਂ ਇੱਥੇ ਤਾਂ ਨਹੀਂ ਬੈਠੇ ਰਹਾਂਗੇ, 3 ਦਿਨ ਤਾਂ ਆਪਾਂ ਨੂੰ ਹੋ ਗਿਆ ਇਹਨੂੰ। ਨਹੀਂ ਨਹੀਂ ਪ੍ਰੀਤ, ਮੈਂ ਸਾਰਾ ਉਸ ਮਸਲੇ ਦੇ ਵਿੱਚ ਹੀ ਫਿਰਦਾ। ਮੈਂ ਨਾ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਮਸਲੇ 'ਚ ਫਿਰਦੇ ਹੋ। ਮਸਲੇ 'ਚ ਤੁਸੀਂ ਬੇਬੇ ਨੂੰ ਕਦੇ ਪੁੱਛਿਆ ਤਾਂ ਹੈ ਨਹੀਂ, ਬੇਬੇ ਦੇ ਕੋਲੇ ਵੇ ਕੇ ਕਦੇ ਕੋਈ ਗੱਲ ਨਹੀਂ ਕੀਤੀ। ਪ੍ਰੀਤ, ਮੈਂ ਸਾਰੀ ਬੇਬੇ ਨਾਲ ਗੱਲਬਾਤ ਕੀਤੀ ਸੀਗੀ। ਬੇਬੇ ਨਾ ਤਾਂ ਜਾਇਜ਼ਾਦ ਆਪਣੇ ਨਾਂ ਕਰਾਉਣ ਨੂੰ ਤਿਆਰ ਹੈ, ਨਾ ਆਪਣੇ ਨਾਲ ਸ਼ਹਿਰ ਜਾਣ ਲਈ ਤਿਆਰ ਹੈ। ਉਹ ਤਾਂ ਕਹਿੰਦੀ ਸੀ ਮੈਂ ਤਾਂ ਆਪਦੀ ਭੈਣ ਤੋਂ ਸਲਾਹ ਲੈ ਵਾ ਨਾ, ਕੋਈ ਵੀ ਗੱਲਬਾਤ ਕਰਦੀ ਨਹੀਂ, ਆਪਣੀਆਂ ਚਾਚੀਆਂ ਤਾਈਆਂ ਨਾਲ ਸਾਰੀ ਗੱਲਬਾਤ ਕਰਦੀ ਹੈ। ਨਹੀਂ ਮੈਂ ਤੁਹਾਨੂੰ ਕਿਹਾ ਤਾਂ ਸੀ ਵੀ ਤੁਸੀਂ ਤਾਈ ਜੀ ਕੋਲੇ ਜਾਇਆ, ਤੁਸੀਂ ਜਾ ਕੇ। ਉਹੀ ਤਾਂ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ, ਮੈਂ ਕੱਲ ਤਾਈ ਜੀ ਕੋਲੇ ਗਿਆ ਸੀਗਾ। ਅੱਛਾ, ਜਾਏ ਹੋਏ ਤੁਸੀਂ? ਮੈਂ ਤਾਈ ਜੀ ਨੂੰ ਸਾਰੀ ਗੱਲਬਾਤ ਸਮਝਾ ਕੇ ਆਇਆ ਵੀ ਤਾਈ ਜੀ, ਮੇਰੀ ਮਾਤਾ ਕਿਸੇ ਦੀ ਨਹੀਂ ਮੰਨਦੇ, ਸਿਰਫ ਤੁਹਾਡੀ ਮੰਨਦੇ ਆ। ਤਾਈ ਜੀ ਬੜੀਆਂ ਪਤੇ ਪਤੇ ਦੀਆਂ ਗੱਲਾਂ ਆਪਾਂ ਨੂੰ ਦੱਸਦੀ ਹੈ। ਅੱਛਾ ਹਾਂ, ਤਾਈ ਜੀ ਅੱਜ ਵੀ ਆਊਗੀ, ਮੈਨੂੰ ਕਹਿ ਕੇ ਆਇਆ ਸੀ, ਉਹਦਾ ਚਾਹ ਪਾਣੀ ਨਾ ਉਹਦੀ ਖਾਤਰ ਕਰਨੀ। ਨਹੀਂ ਤਾਈ ਨੂੰ, ਤਾਂ ਆਪ ਗੁੜ ਵਾਲੀਆਂ ਸੇਵੀਆਂ ਪਸੰਦ ਹੋਣਗੀਆਂ, ਤਾਈ ਨੂੰ ਗੁੜ ਵਾਲੀਆਂ ਸੇਵੀਆਂ ਖਵਾ ਦਿਆਂਗੇ, ਚਾਹ ਪਿਆ ਦਿਆਂਗੇ। ਉਹ ਤੂੰ ਨੂੰ ਜਿਹੜੇ ਨਮਕੀਨ ਚਾਵਲ ਬਣਾਏ ਐ, ਨਮਕੀਨ ਚਾਵਲ ਵੀ ਦੀ, ਚਾਹ ਵੀ ਬਣਾਈ, ਦੋਨੇ ਚੀਜ਼ਾਂ ਨੇ। ਚਾਹ ਤਾਂ ਚਾਹ, ਉਹਨੂੰ ਦੁੱਧ ਦਾ ਕੱਪ ਗਰਮ ਕਰ, ਠੀਕ ਹੈ ਉਹਦੇ ਵਾਸਤੇ, ਤਾਈ ਵਾਸਤੇ। ਹਾਂ ਤਾਈ ਵਾਸਤੇ, ਤਾਈ ਆਪਣੀ ਮਾਤਾ ਨੂੰ ਜੇ ਸਮਝਾ ਸਕਦੀ ਹੈ ਨਾ, ਤਾਂ ਸਿਰਫ ਤਾਈ ਸਮਝਾ ਸਕਦੀ ਹੈ। ਮੈਂ ਤਾਈ ਨੂੰ ਸਾਰੀ ਗੱਲਬਾਤ ਕਰਕੇ ਆਇਆ ਵੀ ਤਾਈ, ਜੇ ਸਾਡੀ ਜਾਇਦਾਦ ਸਾਡੀ ਮਾਤਾ ਨਾਲ ਲਵਾਉਂਦੀ ਹੈ, ਸਾਡੇ ਘਰ ਸਾਡੇ ਨਾਲ ਲਵਾਉਂਦੀ ਹੈ, ਤਾਂ ਅਸੀਂ ਤੁਹਾਡਾ ਮਾਨ ਤਾਨ ਜ਼ਰੂਰ ਕਰਾਂਗੇ। ਮਾਨ ਤਾਨ ਕੀ? ਤਾਈ ਜੀ ਤਾਂ ਕਿੱਲਾ ਮੰਗਦੇ ਆ ਇੱਕ। ਉਹ ਕੋਈ ਗੱਲ ਨਹੀਂ, ਉਹ ਤਾਂ ਮੈਂ ਦੇਖਣਾ ਕਿੱਲਾ ਦੇਣਾ ਕਿ ਅੱਧਾ ਕਿੱਲਾ ਦੇਣਾ ਇਹਨਾਂ ਨੂੰ, ਉਹ ਤਾਂ ਮੈਨੂੰ ਪਤਾ ਹੈਗਾ, ਪਰ ਲਾਲਚਨ ਬਹੁਤ ਹੈ ਤਾਈ, ਲਾਲਚੀ ਬੰਦਾ ਕੰਮ ਕਰ ਦਿੰਦਾ ਹੁੰਦਾ। ਹਾਂ ਲਾਲਚੀ ਤਾਂ ਹੈਗੀ, ਲਾਲਚੀ ਤਾਂ ਮੈਂ ਵੀ
ਉਹਨੇ ਤਾਂ ਹੀ ਤਾਂ ਆਪਣੇ ਕੋਲੇ ਗੱਲ ਕੀਤੀ ਹੈ। ਜੇ ਉਹ ਲਾਲਚਣ ਸੀ, ਜੇ ਉਹ ਲਾਲਚਣ ਨਾ ਹੁੰਦੀ ਆਪਾਂ ਨੂੰ ਕੀ ਪਤਾ ਲੱਗਦਾ ਸੀ ਆਪਣੀ ਮਾਤਾ 2 ਕਿੱਲੇ ਉਹਨਾਂ ਦੇ ਨਾ ਕਰਾਉਂਦੀ ਕਰਾਉਂਦੀ ਆ ਘਰ ਵੀ ਕਰਾ ਸਕਦੀ ਸੀ। ਉਹ ਤਾਂ ਸਾਰਾ ਕੁਛ ਆਪਣਾ ਜ਼ਮੀਨ ਜਾਇਦਾਦ ਘਰ ਸਾਰਾ ਹੜੱਪ ਕਰ ਸਕਦੇ ਸੀ ਕੰਮ ਵਾਲੇ ਬੰਦੇ। ਹੋਰ ਦੇਖ ਲੈ ਬੇਬੇ ਨੇ ਵੀ ਹੱਦ ਕਰਤੀ ਹੈ ਨਾ, ਕਿਵੇਂ ਬੰਦੇ ਰੱਖੇ, ਕਿਵੇਂ ਉਹਨਾਂ ਦੇ ਨਾਂ ਲਾਉਣ ਨੂੰ ਤਿਆਰ ਹੋ ਗਈ। ਆਪਾਂ ਨੂੰ ਇੱਕ ਵਾਰੀ ਵੀ ਨੀ ਦੱਸਿਆ, ਉਹ ਤਾਂ ਜੇ ਤਾਈ ਜੀ ਨਾ ਫੋਨ ਕਰਦੇ ਆਪਾਂ ਨੂੰ ਤਾਂ ਕਾਸੇ ਦਾ ਪਤਾ ਨਹੀਂ ਸੀ ਲੱਗਦਾ, ਸਾਰਾ ਕੁਛ ਹੀ ਦੇਣ ਦੀ ਬੇਬੇ ਉਹਨਾਂ ਨੂੰ। ਇਹ ਗੱਲ ਦਾ ਬੇਬੇ ਕੋਲੇ ਜ਼ਿਕਰ ਨਾ ਕਰੀ ਵੀ ਸਾਰਾ ਕੁਛ ਤਾਈ ਨੂੰ ਪਤਾ। ਨਹੀਂ ਨਹੀਂ, ਮਾਤਾ ਜੀ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਲੱਗਣਾ ਚਾਹੀਦਾ। ਨਾਲੇ ਮੈਂ ਤੈਨੂੰ ਵਾਰੀ ਵਾਰੀ ਗੱਲ ਸਮਝਾਉਣਾ, ਜਦੋਂ ਤਾਈ ਜਾਣਗੇ ਉਹਦੀ ਖਾਤਰ ਕਰਨੀ, ਉਹਦੀ ਸੇਵਾ ਕਰਨੀ, ਠੀਕ ਹੈ? ਕੋਈ ਗੱਲ ਨਹੀਂ, ਤਾਂ ਸੇਵਾ ਕਰ ਦੇਗਾ। ਆ ਜਾਓ ਤੁਸੀਂ ਵੀ ਰਸੋਈ ਚ ਵਗ, ਚਲੋ ਚਲੋ। ਉਹ ਮੈਂ ਤਾਂ ਨਾ ਗੜਾਣੇ ਦੀ ਸੇਵਣੀ ਖਾਊਂਗਾ, ਆਪਦੇ ਮਾਂ ਦੀਆਂ ਹੱਥਾਂ ਦੀਆਂ ਬਣੀਆਂ ਹੋਈਆਂ। ਆਹੋ, ਮਾਂ ਦੇ ਹੱਥਾਂ ਦੀ ਚੀਜ਼ ਬਣੀ ਤਾਂ ਪਸੰਦ ਹੀ ਹੈ ਜ਼ਿਆਦੇ ਸਾਨੂੰ। ਥੋੜੀ ਜੀ ਰਹੇਗੀ ਤੇ ਮੈਂ ਬੁਣ ਦਿਆਂ ਮੇਰੇ ਪੋਤੇ ਨੂੰ ਤੇ ਪੋਤੀ ਨੂੰ। ਇੱਕ ਆ ਮੈਂ ਪੋਤੇ ਦੀ ਤਾਂ ਬੁਣਤੀ, ਹੁਣ ਮੈਂ ਆਪਦੀ ਪੋਤੀ ਦੀ ਵੀ ਬੁਣ ਦਿਆਂ, ਛੇਤੀ ਛੇਤੀ ਬੁਣ ਦਿਆਂ। ਪਾ ਲੈਣਗੇ ਠੰਡ ਚੜਦੀ ਚੜਦੇ। ਲੈ ਭਾਂਤਾ ਆਪਦੇ ਕਿਸੇ ਦੋਹਤੇ ਦੀ ਕੋਈ ਪੋਤੇ ਦੀ ਕੋਟੀ ਬੁਣੀ ਜਾਂਦੀ ਹੈ ਜੀ। ਦੋਹਤੇ ਨੂੰ ਛੱਡ ਪਰੇ, ਇਹ ਤਾਂ ਮੇਰੀ ਪੋਤੀ ਤੇ ਪੋਤੇ ਦੀ, ਪੋਤੇ ਦੀ ਤਾਂ ਮੈਂ ਬੁਣਤੀ, ਹਣ ਛੋਟੀ ਜੀ ਮੇਰੀ ਪੋਤੀ ਦੀ ਲਾਈ ਹੈਗੀ। ਮੈਂ ਕਿਹਾ ਚੱਲ ਉਹ ਵੀ ਠੰਡ ਚੜਦੇ ਪਾ ਲੂੰਗੀ। ਹੋਰ ਤਾਂ ਵਧੀਆ ਭੈਣੇ, ਹੁਣ ਹੁਣ ਠੰਡ ਹੀ ਆ ਬਸ 2 ਮਹੀਨੇ, ਇਹ ਤਾਂ ਤੈਨੂੰ ਪਤਾ ਗਰਮੀ ਪੈਣ ਲੱਗ ਜਾਣੀ। ਮੈਂ ਆਖਿਆ ਮੇਰੇ ਪੋਤੇ ਜਿਹੜੇ ਚਾਹੇ ਉਹ ਪੋਤੀ ਦੇ ਵੀ ਆਪਦੇ ਪੋਤੇ ਤਾਂ ਬੁਣਤੀ, ਮੇਰੀ ਦਾਦੀ ਨੇ ਮੇਰੀ ਨੀ ਬੁਣੀ ਤਾਂ ਬੁਣਦੀ ਆ। ਚੱਲ ਵਧੀਆ ਭੈਣੇ ਜਾਣਦੀਆਂ। ਹੋਰ ਵਧੀਆ ਹੋਵੇ, ਤੂੰ ਆ ਗਈ, ਮੈਂ ਤਾਂ ਤੇਰੇ ਕੋਲੇ ਆਉਣਾ ਸੀ। ਅੱਛਾ, ਮੇਰੇ ਕੋਲੇ ਕਿਵੇਂ ਆਉਣਾ ਸੀ? ਹਜੇ ਤੈਨੂੰ ਕੀ ਕੰਮ ਸੀ ਮੇਰੇ ਤੇ? ਕਰ ਮੈਂ ਤੇਰੇ ਨਾਲ ਰਾਏ ਕਰਨੀ ਸੀ ਕੋਈ। ਅਹੀ ਕੀ ਕੋਈ ਰਾਏ ਕਰਨੀ ਸੀ? ਕੋਈ ਵਧੀਆ ਜੀ ਰਾਏ ਕਰੀ ਭੈਣੇ। ਵਧੀਆ ਜੀ ਰਾਏ ਕੀ ਕਰਾਂ, ਹੁਣ ਮੁੰਡਾ ਤੇ ਬਹੂ ਕਹੀ ਜਾਂਦੇ ਹੈਗੇ ਅੱਗੇ ਤੂੰ ਸਾਡੇ ਨਾਲ ਚੱਲ, ਤੂੰ ਸਾਡੇ ਨਾਲ ਚੱਲ। ਮੈਂ ਆਖਿਆ ਮੈਂ ਤਾਂ ਤੇਰੀ ਤਾਈ ਨਾਲ ਤੇ ਚਾਚੀ ਨਾਲ ਰਾਏ ਕਰੂੰ, ਮੈਂ ਨੀ ਹਜੇ ਦੱਸਦੀ। ਮੈਨੂੰ ਕਾਹ ਦਿਨ ਹੋ ਗਏ ਕਹੀ ਜਾਂਦੇ ਨੇ ਉਹਨਾਂ ਨੂੰ। ਅੱਛਾ, ਦੋਨੀ ਕਹਿੰਦੇ ਨੇ ਨਾਲੇ ਬਹੂ ਨਾਲੇ ਮੁੰਡਾ? ਦੋਨੀ ਕਹਿੰਦੇ ਇੱਥੇ ਤਾਂ ਕੀ ਕਰਨਾ ਹੈ ਕਿ ਪਿੰਡਾਂ ਚ ਰੇਤਾ ਉੱਡਦਾ, ਧੂੜ ਉੱਡਦੀ ਆ, ਉੱਥੇ ਕਹਿੰਦੇ ਵਧੀਆ ਨਾ ਰੇਤਾ ਨਾ ਆਵੇ ਨਾ ਵਾਸਤਾ ਮੌਜ ਨਾ ਆਰਾਮ ਨਾ ਬੈਠ ਜਾ ਕਰੀ, ਬਾਹਰ ਕੇ ਮੰਜਾ ਡਾਹ ਦਿਆ ਕਰਾਂਗੇ, ਤੈਨੂੰ ਕੁਰਸੀ ਦੇ ਦਿਆ ਕਰਾਂਗੇ, ਕੁਰਸੀ ਤੇ ਬਹਿ ਜਾ ਕਰੀ, ਵਧੀਆ ਖਾਈ ਪੀ ਕੇ ਸਾਡੇ ਨਾਲ ਚੱਲ। ਲੈ ਫੇਰ ਤਾਂ ਵਧੀਆ ਭਾਣੇ, ਫੇਰ ਤੂੰ ਹੋਰ ਕੀ ਭਾਲਦੀਆਂ? ਦੱਸ ਕਰ, ਤੈਨੂੰ ਇੰਨੇ ਮਾਨਤਾ ਨਾ ਜਵਾਕ ਲੈ ਕੇ ਜਾਂਦੇ ਨੇ, ਤੂੰ ਨਾਲ ਜਾ ਤੇ ਜੇ ਮੇਰਾ ਪੁੱਤ ਲੱਗਿਆ ਹੋਵੇ ਕੋਈ ਅਫਸਰ ਹੋਵੇ ਮੈਨੂੰ ਲੈ ਕੇ ਜਾਣ, ਮੈਂ ਤਾਂ ਬਥੇਰਾ ਵਗ ਜਾ। ਲੈ ਭੈਣੇ, ਤੂੰ ਵੀ ਇਹਨਾਂ ਦੀ ਮਿਹਰਚੀ ਬੋਲਣ ਲੱਗ ਗਈ, ਅਗਰ ਜੇ ਮੇਰਾ ਪੁੱਤ ਅਫਸਰ ਲੱਗਾ ਹੋਵੇ ਮੈਂ ਵਗ ਜਾ ਨਾ, ਹੁਣ ਮੈਂ ਤੁਹਾਡਾ ਮੋਹ ਛੱਡ ਦਿਆਂ, ਮੈਂ ਪਿੰਡ ਦਾ ਮੋਹ ਛੱਡ ਦਿਆਂ? ਨੀ ਭੈਣੇ, ਤਾਂ ਕਿ ਮੋਹ ਦਾ ਕਿਉਂ ਛੱਡਿਆ ਜਾਂਦਾ? ਜੇ ਕਿਤੇ ਤੂੰ ਵਗ ਜੇ ਦੇਖਿਆ ਡੇਡੇ ਮਾਈਲਾਂ ਚ, ਐਡਾ ਦੇਖ ਉੱਥੇ ਵਧੀਆ ਦੇਸ਼ ਦੇਖੇਗੀ, ਤੇ ਮਗਰ ਕਿਤੇ ਮੈਨੂੰ ਫੋਨ ਕਰ ਲੈ, ਮੈਂ ਵੀ ਆ ਜਾਊਂਗੀ, ਮੈਂ ਵੀ ਦੇਖ ਆਊਂਗੀ, ਕੋਈ 2 ਰਾਤਾਂ ਲਾ ਆਉਂ ਤੇਰੇ ਕੋਲੇ। ਤੂੰ ਆ ਜਾ ਕਰੇਂਗੀ ਮੇਰੇ ਕੋਲ? ਹਾਂ, ਮੈਂ ਤਾਂ ਬਥੇਰਾ ਆ ਜਾ ਕਰੂੰਗੀ। ਅੱਛਾ, ਹਾਂ ਤੂੰ ਆਇਆ, ਤੂੰ ਤਾਂ ਆਜਾ ਕਰੇਂਗੀ 2 ਰਾਤਾਂ, ਪਰ ਮੇਰਾ ਜੀ ਨਹੀਂ ਕਰਦਾ, ਤੂੰ ਤਾਂ ਭੈਣੇ ਇਹਨਾਂ ਦੇ ਨਾਲ ਮਿਲੀ ਹੋਈ ਆ, ਮੈਨੂੰ ਤਾਂ ਲੱਗਦਾ ਤੂੰ ਵੀ ਕਹਿੰਦੀ ਵਗ ਜਾ ਤੇ ਮੈਂ ਹੀ ਨੀ ਕਹਿੰਦੇ ਜਾਂਦੀ। ਲੈ ਕੁੜੇ ਭੈਣੇ, ਕਿਉਂ ਮਿਲੀ ਹੋਈ ਆ ਜੀ? ਦੱਸ ਤੈਨੂੰ ਮੈਂ ਬੁਰੀ ਲੱਗਦੀ ਇੱਥੇ ਬੈਠੀ? ਆਪਾਂ ਮੂੰਹ ਉੱਥੇ ਲੱਗਦੇ, ਦੁੱਖ ਸੁੱਖ ਕਰਦੇ, ਗੱਲਾਂ ਕਰਦੇ, ਉੱਥੇ ਕੇਰਾ ਬਹੁ ਮੁੰਡਾ ਮੈਨੂੰ ਲੈ ਜਾਣਗੇ, ਜਿਵੇਂ ਕੁੱਤਿਆਂ ਨੂੰ ਪਿੰਜਰੇ ਚ ਤਾੜ ਦਿੰਦੇ ਉਵੇਂ ਮੈਨੂੰ ਲਿਆ ਕੇ ਅੰਦਰ ਤਾੜ ਦੇਣਗੇ, ਉੱਥੇ ਕਹਿੰਦੇ ਸ਼ਹਿਰ ਚ ਮੈਂ ਜ਼ਰੂਰੀ ਬਣਨਾ ਉੱਥੇ ਜਾ ਕੇ ਤਾੜ ਦੇ ਭੈਣੇ, ਤੈਨੂੰ ਵਧੀਆ ਤੇ ਸਾਂਭਣਗੇ, ਤੈਨੂੰ ਵਧੀਆ ਨਹਾਉਣ ਨੂੰ ਪਾਣੀ, ਰੋਟੀ, ਟੁੱਕ, ਵਧੀਆ ਲੀੜਾ, ਕੱਪੜਾ, ਤੈਨੂੰ ਵਧੀਆ ਸਾਰਾ ਦਿਖਾ ਕੇ ਲਿਆ ਕਰਨਗੇ ਸ਼ਹਿਰ ਵਧੀਆ। ਅੱਜੂ ਤੇ ਹੋਰ ਕੀ ਤੂੰ ਭਾਲਦੀ ਆਂਗੀ? ਨਹੀਂ ਕੋਈ ਨੀ ਭੈਣੇ, ਸ਼ਹਿਰ ਦਿਖਾਉਂਦਾ, ਸ਼ਹਿਰਾਂ ਤੋਂ ਮੈਂ ਕੀ ਲੈਣਾ, ਪਿੰਡ ਵਰਗੀ ਰੀਸ ਨਹੀਂ, ਸ਼ਹਿਰਾਂ ਚ ਕੀ ਕਰਨਾ, ਮੈਂ ਤਾਂ ਪਿੰਡ ਚ ਹੀ ਰਹੂੰਗੀ। ਨਹੀਂ ਭੈਣੇ, ਤੂੰ ਨਾਲ ਜਾ ਜਵਾਕਾਂ ਦੇ, ਕੋਈ ਕਿਹੜਾ ਕੋਈ ਘਰ ਬਾਰ ਹੈ ਤੇ ਕਿਹੜਾ ਕੋਈ ਜ਼ਮੀਨ ਆ, ਸਾਰੀ ਜਵਾਕਾਂ ਦੇ ਨਾਂ ਲਵਾ ਦੇ ਤੇ ਜਵਾਕਾਂ ਦੇ ਨਾਲ ਹੀ ਵਗ ਜਾ। ਅੱਛਾ, ਤੂੰ ਤਾਂ ਬਾਹਲੀ ਸਿਆਣੀ ਆ ਭੈਣੇ, ਅਗਰ ਨਾ ਇਹ ਨਾਲ ਵਗ ਜਾ, ਨਾ ਇਹ ਘਰ ਲਵਾ ਦੇ, ਨਾ ਜ਼ਮੀਨ ਲਵਾ ਦੇ, ਕਿ ਮੈਂ ਕਿਹੜਾ ਇੱਕ ਦੇ ਦਰਖ ਲੈ ਗਈ ਜ਼ਮੀਨ, ਘਰ ਇਹਨਾਂ ਦੇ ਆਵਾਂ ਕਰੋ, ਜਿੰਨੇ ਚਿਰ ਮੈਂ ਬੈਠੀ ਆ ਉਹਨਾਂ ਚਿਰ ਜ਼ਮੀਨ ਘਰ ਮੇਰੀ ਆ, ਮੈਂ ਤਾਂ ਕੋਈ ਲਵਾਉਂਦੀ ਨੀ। ਲੈ ਹੁਣ ਤੈਨੂੰ ਨਾ ਤਾਂ ਉਹ ਜਾਣ ਨੂੰ ਫਿਰਦੇ ਨੇ, ਜਵਾਕ ਤੇਰੇ ਪੈਰੀਆਂ ਹੱਥ ਲਾਈ ਜਾਂਦੇ ਨੇ ਵੀ ਤੂੰ ਬੇਬੇ ਸਾਡੇ ਨਾਲ ਚੱਲ, ਫਿਰ ਤੂੰ ਇੱਥੇ ਜ਼ਮੀਨ ਦਾ ਤੇ ਤੂੰ ਇਹਦਾ ਇੱਥੇ ਘਰ ਦਾ ਕੀ ਕਰੇਗੀ? ਲੋਕ ਤੇਰਾ ਵੀ ਸਾਰਾ ਵਿੱਚ ਬਾਹਰ ਲਾ ਲੈਣਗੇ, ਕੋਈ ਤੇਰਾ ਘਰ ਰੋਕ ਕੇ ਖੜ ਜਾਣਗੇ, ਇੱਥੇ ਕੋਈ ਬਹਿਜੂ ਆ ਕੇ? ਇੰਨੇ ਚਿਰ ਤਾਂ ਰੋਕਿਆ ਨੀ ਭੈਣੇ, ਹੁਣ ਮੇਰਾ ਘਰ ਰੋਕ ਲੂਗਾ ਕੋਈ? ਤੂੰ ਵੀ ਕਹਿੰਦੇ ਮੈਨਾਂ ਗੱਲਾਂ ਹੋ ਜਾਣ ਆਸੇ ਪਾਸੇ ਜਾਣਾ ਕਰ ਲਾਂਗੀ, ਕਿਵੇਂ ਕੀ ਗੱਲ ਆ ਤੇਰੀ? ਲੈ ਹੁਣ ਤਾਂ ਤੂੰ ਫਿਰ ਬੈਠੀ ਆਏਗੀ, ਜੇ ਹੁਣ ਤੂੰ ਜਵਾਕਾਂ ਦੇ ਨਾਲ ਵਗ ਗਈ ਫਿਰ ਤਾਂ ਅਗਲਾ ਕੋਈ ਇੱਥੇ ਆ ਕੇ ਬੈਠੂਗਾ ਹੀ, ਫਿਰ ਕਿਉਂ ਤੁਸੀਂ ਕਿੱਦੇ ਆਉਂਗੇ? ਨਾ ਇਹਦਾ ਤੂੰ ਮੇਰਾ ਘਰ ਦਬਾ ਦੇਂਗੇ, ਨਾ ਇਹ ਦਬਾ ਦੇਂਗੀ ਜ਼ਮੀਨ, ਨਾਲੇ ਮੈਨੂੰ ਉੱਥੋਂ ਕੱਢਦੇ ਲੈ ਗਏ, ਤੂੰ ਮੈਨੂੰ ਛਿੱਤਰਾਂ ਦੇ ਥੱਲੇ ਕਰਦੀ ਚਾਰ ਸਪੇਰੇ? ਨਹੀਂ ਪਰ ਛਿੱਤਰਾਂ ਥੱਲੇ ਨਹੀਂ ਕਰਦੇ, ਤੈਨੂੰ ਜਵਾਕ ਦੇਖੀ ਸਹੀ, ਦਬਾ ਦੇ ਤੈਨੂੰ ਹੱਥਾਂ ਤੇ ਚੱਕਣਗੇ, ਕੋ ਤੂੰ ਨਾਮ ਲਵਾਤਾ ਸਾਰਾ ਕੁਛ। ਨਾ ਮੈਂ ਨਹੀਂ ਲਵਾਉਂਦੀ, ਮੈਨੂੰ ਨਹੀਂ ਗੱਲ ਤੇਰੇ ਚੰਗੀ ਲੱਗਦੀ, ਨਾ ਭੈਣ ਛੱਡ ਫੇਰੇ ਖੜਾ, ਬਸ ਜੇ ਹੋਰ ਗੱਲ ਕਰਨੀ ਤਾਂ ਮੇਰੇ ਨਾਲ ਕਰ ਲੈ, ਨਹੀਂ ਛੱਡ ਖੇੜਾ। ਮੈਂ ਤਾਂ ਤੈਨੂੰ ਚੰਗੀ ਮੱਤ ਦਿੰਦੀ ਆ, ਫੇਰ ਤੇਰੀ ਮਰਜ਼ੀ, ਉਹ ਤਾਂ ਦੇਖ ਤੂੰ ਮੈਨੂੰ ਪੁੱਛ ਗੱਲ ਕਰਦੀ ਆ ਸਾਰੀ, ਹਨਾ ਹਰੇਕ ਤੂੰ ਮੇਰੀ ਗੱਲ ਚ ਰਾਏ ਲੈਣੀ ਆ, ਤੇ ਕਦੇ ਤੂੰ ਮੇਰੀ ਹੁਣ ਨਹੀਂ ਮੰਨਦੀ,
ਮਾਇਆ ਦਾ ਭਾਈ ਤੂੰ ਕੀ ਰਾਇ ਕਰੇਂਗੀ ਦੇਖ ਹੁਣ ਤਾਂ ਜਵਾਕ ਆ ਰਹੇ ਨੇ ਇੱਥੇ ਦੇਖ ਤੇਰੇ ਕੋਲੇ ਅੱਛਾ ਕੱਲੀ ਉਹ ਫੇਰ ਵਗ ਜਾਣਗੇ ਅੱਛਾ ਕੱਲੀ ਬੈਠੀ ਰਿਹਾ ਕਰੇਂਗੀ ਉਹੀ ਗੱਲ ਮੰਗੂ ਅੱਛਾ ਭਾਈ ਅੰਦਰ ਨੂੰ ਘੜੀਆਂ ਦੀ ਨਹੀਂ ਜਾਇਆ ਕਰੀ ਅੰਦਰ ਕੋਈ ਤੇਰੇ ਕੋਲੇ ਨੀ ਆਉਂਦਾ ਕੋਈ ਤੇਰੇ ਮੂੰਹ ਮੱਥੇ ਨੀ ਲੱਗਦਾ ਕੋਈ ਨਾ ਆਵੇ ਕੋਈ ਇੱਥੇ ਮੈਂ ਘੜੀਆਂ ਗਿਣਦੀ ਹੈਗੀ ਉੱਥੇ ਮੈਨੂੰ ਰੱਬ ਵੀ ਨੀ ਦਿਸਣਾ ਬਸ ਕਹਿੰਦੇ ਛੱਡ ਪੈਣ ਖੜਾ ਤੈ ਵੀ ਮੇਰੇ ਪੱਖ ਦੀ ਗੱਲ ਕਰੀ ਨੀ ਤੂੰ ਵੀ ਮੇਰੇ ਨੂੰਹ ਪੁੱਤਾਂ ਦੀ ਗੱਲ ਕਰਦੀ ਹੈ ਮੈਂ ਨੀ ਹੁਣ ਤੇਰੇ ਗੱਲ ਕਰਦੀ ਤੇਰੀ ਮਰਜ਼ੀ ਹੈ ਮੇਰਾ ਤੱਕਾ ਹੈਣ ਸੀ ਦੇਖ ਹਨਾ ਹੁਣ ਉਧਰ ਜਾਂਦੀ ਜਾਂਦੀ ਹੁਣ ਇਧਰ ਨੂੰ ਮੁੜ ਗਈ ਪਹਿਲਾਂ ਮੇਰੇ ਕੋਲ ਸੁਣ ਗਈ ਹੁਣ ਮੇਰੇ ਨੂੰ ਪੁੱਤ ਕੋਈ ਚੁਗਲੀਆਂ ਕਰੂ ਇਹ ਕੋਈ ਚੁਗਲੀਆਂ ਸਾਰਾ ਦਿਨ ਚੁਗਲੀਆਂ ਤੋਂ ਬਿਨਾਂ ਕੋਈ ਹੈ ਹੀ ਨੀ ਕੰਮ ਹੀ ਨੀ ਕੋਈ ਤਾਈ ਜੀ ਉਰੇ ਆਉਂਦੇ ਪਹਿਲਾਂ ਬੇਬੇ ਨਾਲ ਗੱਲਾਂ ਕਰੀ ਜਾਂਦੇ ਸੀ ਬੇਬੇ ਤਾਂ ਨੀ ਉਰੇ ਕਿਤੇ ਆਉਂਦੀ ਹੁੰਦੀ ਮਗਰ ਨੀ ਉੱਥੇ ਬੈਠੀ ਆ ਤਾਂ ਸਤਿ ਸ੍ਰੀ ਅਕਾਲ ਤਾਈ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਠੀਕ ਹੈ ਹਾਂ ਵਧੀਆ ਠੀਕ ਹੈ ਤਾਈ ਤੁਸੀਂ ਸੁਣਾਓ ਠੀਕ ਹੈ ਭਾਈ ਵਧੀਆ ਉੱਥੇ ਪਹਿਲਾਂ ਤੇਰੀ ਬੇਬੇ ਕੋਲੇ ਬਹਿ ਗਈ ਮੈਂ ਹੁਣ ਫਿਰ ਗਾਂ ਮੈਂ ਹੁਣ ਦੇਖ ਤੇਰੇ ਕੋਲੇ ਆ ਗਈ ਮੈਂ ਗਾਂ ਹੁਣ ਜਾ ਕੇ ਆਉਂਗੀ ਚਲੋ ਚੰਗਾ ਕਰੇ ਤਾਈ ਜੀ ਤੁਸੀਂ ਗਾਂ ਆ ਕੇ ਮੈਨੂੰ ਤਾਂ ਸੀ ਤੁਸੀਂ ਉੱਥੇ ਨਾ ਵਗ ਜਾਓ ਤੇ ਮੈਂ ਤੁਹਾਡੇ ਖਾਤਰ ਨਾਲੇ ਤਾਂ ਵਧੀਆ ਚਾਹ ਬਣਾਉਣੀ ਹੈਗੀ ਤੇ ਨਾਲੇ ਮੈਂ ਨਾ ਤੁਹਾਡੇ ਖਾਤਰ ਉਹ ਬਣਾ ਕੇ ਨਮਕੀਨ ਬਣਾ ਰੱਖਿਆ ਉਹ ਖਾਣ ਨੂੰ ਦਿੰਨੀ ਆ ਤੁਹਾਨੂੰ ਤੇ ਨਾਲੇ ਮੇਰੀ ਬੇਬੇ ਨੇ ਬਣਾਈਆਂ ਸੇਵੀਆਂ ਗੁੜ ਪਾ ਕੇ ਉਹ ਖਾ ਲੋ ਦੋਨੇ ਚੀਜ਼ਾਂ ਲਿਆ ਕੇ ਦੇਵਾਂ ਤੁਹਾਨੂੰ ਚਲ ਕੋਈ ਨਾ ਪੁੱਤ ਉਹ ਤਾਂ ਮੈਂ ਖਾ ਲੂੰਗੀ ਤੇ ਮੈਂ ਤਾਂ ਪਹਿਲਾਂ ਵੀ ਦੇਖ ਆਈ ਉਹ ਕਰਦੀ ਸੀ ਸਮਝਾਉਂਦੀ ਸੀ ਉਹ ਤਾਂ ਮੈਨੂੰ ਹਰੇ ਗੱਲ ਚਾਕੂਗੀ ਵੀ ਮੈਂ ਕੇ ਵੀ ਭਾਵੇਂ ਤੇਰੀ ਰਾਇ ਲਊਂਗੀ ਹਰੇ ਗੱਲ ਚ ਮੇਰੀ ਰਾਇ ਲਊਗੀ ਲੈ ਹੁਣ ਮੈਂ ਰਾਇ ਦਿੰਦੀ ਸੀ ਤੇ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਦੇਖ ਤਾਈ ਜੀ ਸੋਡੀ ਵੀ ਨਹੀਂ ਮੰਨਦੇ ਹੁਣ ਨਾ ਕਹਿੰਦੇ ਸੀ ਸਾਡੀ ਮੰਨਦੇ ਹੈਗੀ ਨਾ ਭਾਈ ਕਿੱਥੋਂ ਤਾਂ ਕਹਿੰਦੀ ਲੈ ਮੇਰਾ ਤਾਂ ਕਹਿੰਦੀ ਇੱਥੇ ਜੀ ਲੱਗਿਆਗਾ ਕਹਿੰਦੇ ਮੈਂ ਤਾਂ ਆਪਦੇ ਘਰੇ ਰਹੂੰਗੀ ਮੈਂ ਕਹਿੰਦੀ ਆਪਦਾ ਘਰ ਛੱਡ ਕੇ ਤੇ ਜ਼ਮੀਨ ਭਲਾ ਨਾਂ ਲਵਾ ਕੇ ਆਦੀ ਮੈਂ ਕਿਉਂ ਆ ਜਾਨੀ ਹੈਗੀ ਤਾਈ ਜੀ ਅਸੀਂ ਤਾਂ ਤੁਹਾਨੂੰ ਹਿੱਸਾ ਵੀ ਦੇਣ ਦੇ ਤੁਸੀਂ ਇੱਕ ਕਿੱਲੇ ਦੀ ਗੱਲ ਕਰੀ ਸੀ ਇੱਕ ਕਿੱਲਾ ਤੁਹਾਨੂੰ ਦੇ ਦੇਵਾਂਗੇ ਤੁਸੀਂ ਕਿਵੇਂ ਕਰੋ ਮੇਰੀ ਬੇਬੇ ਨੂੰ ਮਨਾਓ ਕਿ ਮਰਜ਼ੀ ਮਨਾਓ ਸਾਡੇ ਨਾਂ ਕਿਹੜਾ ਜ਼ਮੀਨ ਤੇ ਘਰ ਹੋ ਜੀ ਅਸੀਂ ਕਰਵਾ ਕੇ ਸੋਡਾ ਹਿੱਸਾ ਦੇ ਕੇ ਅਸੀਂ ਆਪਣੀ ਬੇਬੇ ਨੂੰ ਨਾਲ ਲੈ ਜਾਵਾਂਗੇ ਇੱਥੇ ਨਹੀਂ ਛੱਡ ਕੇ ਜਾਂਦੇ ਆਖਿਆ ਪੁੱਤ ਮੈਂ ਤਾਂ ਵਾਲਾ ਹੀ ਆਖਿਆ ਮੈਂ ਆਖਿਆ ਕਿਤੇ ਜਵਾਕ ਤੇਰੇ ਪੈ ਦੀਆਂ ਹੱਥ ਲਾਈ ਜਾਂਦੇ ਨੇ ਜੇ ਕਿੰਨੇ ਚਿਰ ਬਾਅਦ ਇੱਥੇ ਆਏ ਨੇ ਤੇ ਤੂੰ ਇਦੋਂ ਹੋਰ ਕੀ ਭਾਲਦੇ ਕੋ ਤੈਨੂੰ ਜਵਾਕ ਨਾਲ ਲੈ ਕੇ ਜਾਂਦੇ ਨੇ ਤੈਨੂੰ ਉੱਥੇ ਸਾਂਭਣਗੇ ਇੱਥੇ ਤੂੰ ਕੱਲੀ ਬੈਠੀ ਰਹੀਂਗੀ ਤਾਈ ਜੀ ਐ ਜ਼ਮੀਨ ਅਸੀਂ ਹੁਣ ਉਹਦੇ ਛੱਡ ਤਾਂ ਜਾਈ ਮੇਰੀ ਬੇਬੇ ਨੂੰ ਵੀ ਲੈ ਜਾਈਏ ਨਹੀਂ ਤਾਂ ਸਾਡਾ ਘਰ ਖਰਾਬ ਹੋ ਜਾਊਗਾ ਪਿਆ ਤੇ ਨਾਲੇ ਸਾਡੀ ਜ਼ਮੀਨ ਤਾਂ ਲੋਕ ਹੀ ਰਲਾ ਲਾਣਗੇ ਬੱਟਾਂ ਵੱਢ ਵੱਢ ਕੇ ਪਤਾ ਹੀ ਆਪਾਂ ਨੂੰ ਪਿੰਡਾਂ 'ਚ ਕੀ ਹੁੰਦਾ ਹੈਗਾ ਆਖਿਆ ਪੁੱਤ ਮੈਂ ਤਾਂ ਉੱਥੇ ਦੀ ਮੱਤ ਦਿੱਤੀ ਆ ਕਹਿੰਦੀ ਲਾ ਮੈਂ ਅੱਛਾ ਕਹਿੰਦੀ ਨਾਲੇ ਘਰ ਲਵਾ ਦੇ ਨਾ ਜ਼ਮੀਨ ਲਵਾ ਦੇ ਮਗਰੋਂ ਕਹਿੰਦੀ ਪਾ ਮਾਮੀ ਨੂੰ ਕੋਈ ਸਾਂਭੇ ਨਾ ਮੈਂ ਕਿ ਸਾਂਭਣਗੇ ਤੈਨੂੰ ਬਥੇਰਾ ਤੇ ਰੋਟੀ ਟੁੱਕ ਦੇਣਗੇ ਵਧੀਆ ਤੈਨੂੰ ਨਾਲ ਲੈ ਕੇ ਜਾਣਗੇ ਤੇ ਵਧੀਆ ਤੇਰੀ ਸਾਂਭ ਸੰਭਾਈ ਕਰਨਗੇ ਕੀ ਪਤਾ ਇਹ ਤਾਂ ਉਹ ਆਦੀ ਮੈਂ ਤਾਂ ਆਪਦੇ ਮਨ ਨਾਲ ਹਜੇ ਸੋਚੂੰਗੀ ਆਦੀ ਤੂੰ ਵੀ ਕਹਿੰਦੀ ਉਹਨਾਂ ਦੀ ਬਣੀ ਬੈਠੀ ਆ ਦੇਖੋ ਤਾਈ ਹੁਣ ਮਨ ਨਾ ਕਦੋਂ ਕੁ ਸੋਚੂਗੀ ਸਾਨੂੰ ਕੈ ਦਿਨ ਹੋ ਗਿਆ ਆਇਆਂ ਨੂੰ ਬਾਲੇ ਦਿਨ ਤਾਂ ਅਸੀਂ ਰਹਿ ਵੀ ਨਹੀਂ ਸਕਦੇ ਅਸੀਂ ਜਾਣੇ ਤਾਈ ਬਣ ਕੇ ਕਿਵੇਂ ਮਰਜ਼ੀ ਕਰੋ ਤੇ ਉਹਨਾਂ ਨੂੰ ਛੇਤੀ ਮਨਾਓ ਮਨਾਵਾਂਗੇ ਤਾਂ ਭਾਈ ਮੈਂ ਹੈਗੀ ਮਨਾਉਂਗੀ ਤੇ ਪਰ ਆਈ ਮੰਨੂ ਹੌਲੀ ਹੌਲੀ ਤੈਨੂੰ ਪਤਾ ਇਹ ਉਹੀ ਗੱਲ ਦਿਮਾਗ ਵਾਲਾ ਇਹਦਾ ਵੱਡਾ ਹੈਗਾ ਵਾਲੀ ਛਿਆਰ ਵਾਲੀ ਹੈ ਹੌਲੀ ਹੌਲੀ ਮੰਨੂਗੀ ਤਾਈ ਜੀ ਹੋਰਾਂ ਨਾ ਚੱਕੀ ਜਾਂਦੇ ਆਪਣੇ ਕੰਨੀ ਐ ਕਰੋ ਤੁਸੀਂ ਕਮਰੇ ਚ ਚੱਲੋ ਮੈਂ ਕਮਰੇ ਚ ਨਹੀਂ ਤਾਂ ਤੁਹਾਡੇ ਖਾਤਰ ਚਾਹ ਲੈ ਕੇ ਆਉਣੀ ਆ ਨਹੀਂ ਮੈਂ ਸਾਨੂੰ ਖਾਣ ਪੀਣ ਨੂੰ ਸਮਾਨ ਲੈ ਕੇ ਦਿੰਨੀ ਚੰਗਾ ਤੁਸੀਂ ਅੰਦਰ ਚਲੋ ਜੀ ਸਤਿ ਸ੍ਰੀ ਅਕਾਲ ਤਾਈ ਜੀ ਸਤਿ ਸ੍ਰੀ ਅਕਾਲ ਭਾਈ ਹੋ ਠੀਕ ਹੈ ਆਜੋ ਤਾਈ ਜੀ ਘਰੇ ਚੱਲਦੇ ਚਾਹ ਪਾਣੀ ਘਰੋਂ ਹੀ ਆਈ ਆ ਪੁੱਤ ਮੈਂ ਤਾਂ ਛੋੜਿਓ ਅੱਛਾ ਆਪਣੇ ਘਰੋਂ ਹੀ ਆਇਓ ਹਾਂ ਆਪਣੇ ਘਰੋਂ ਹੀ ਆਈ ਆ ਤੇਰੀ ਬੇਬੇ ਕੋਲੋਂ ਹੀ ਆਈ ਆ ਦੇਖੋ ਸਾਰੀ ਸਮਝਾ ਕੇ ਆਈ ਆ ਗੱਲਬਾਤ ਕਿਵੇਂ ਤੂੰ ਮੈਨੂੰ ਦੱਸ ਕੇ ਆਇਆ ਸੀ ਤੇ ਉਹ ਤਾਂ ਭਾਈ ਹਿਆਰੀ ਵਾਲੀਏ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਸਾਡੀ ਮਾਤਾ ਜੀ ਮੰਨੀ ਨਹੀਂ ਨਾ ਮੰਨੀ ਨਹੀਂ ਭਾਈ ਉਹ ਆਈ ਭਾਈ ਤੁਸੀਂ ਮੇਰੀ ਗੱਲ ਸੁਣੋ ਕਿਸੇ ਤਰ੍ਹਾਂ ਦਾ ਮੇਰੀ ਮਾਤਾ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਆਪਣੀ ਗੱਲ ਦਾ ਨਾ ਪਤਾ ਭਾਈ ਮੈਂ ਤਾਂ ਦੱਸਿਆ ਹੀ ਨਹੀਂ ਜਦੋਂ ਮੈਂ ਕੋਈ ਗੱਲ ਹੀ ਨਹੀਂ ਕਰੀ ਉਹਦੇ ਕੋਲੇ ਮੈਂ ਤਾਂ ਐਂ ਆਖਿਆ ਉਹ ਕਹਿੰਦੀ ਵੀ ਭਾਈ ਜਵਾਕ ਮੈਨੂੰ ਨਾਲ ਜਾਣ ਨੂੰ ਕਹਿੰਦੇ ਨੇ ਮੈਂ ਕਿਹਾ ਫੇਰ ਤੂੰ ਹੋਰ ਐਦੂ ਉੱਤੇ ਕੀ ਭਾਲਦੀ ਆ ਕਿ ਜਵਾਕ ਤੈਨੂੰ ਪੈਰੀਆਂ ਹੱਥ ਲਾ ਕੇ ਤੈਨੂੰ ਨਾਲ ਲੈ ਕੇ ਜਾਂਦੇ ਨੇ ਹਾਂ ਤਾਈ ਜੀ ਬਹੁਤ ਵਧੀਆ ਗੱਲ ਦੱਸੀ ਹਾਂ ਉੱਥੇ ਤਾਂ ਬੜੇ ਨਜ਼ਾਰੇ ਨੇ ਸ਼ਹਿਰਾਂ ਦਾ ਹਾਂ ਮੈਂ ਕਿਹਾ ਵਧੀਆ ਤੈਨੂੰ ਉੱਥੇ ਸਾਫ ਸਮਾਈ ਕਰਨਗੇ ਤੈਨੂੰ ਵਧੀਆ ਰੋਟੀ ਟੁੱਕ ਦੇਣਗੇ ਇੱਥੇ ਕੱਲੀ ਬੈਠੀ ਰਹਿਣੀ ਆ ਨਾ ਤਾਈ ਜੀ ਫੇਰ ਕੀ ਕਹਿੰਦੇ ਮੇਰੀ ਮਾਤਾ ਜੀ ਕਹਿੰਦੀ ਲੈ ਇੱਥੇ ਆਦੀ ਮੈਂ ਘਰ ਛੱਡ ਕੇ ਕੋਈ ਜਾਣੀ ਆ ਪਿੰਡ ਛੱਡ ਕੇ ਕੋਈ ਜਾਣੀ ਆ ਆਦੀ ਇੱਥੇ ਤੂੰ ਆ ਜਾਣੀ ਆ 100 ਆਦੀ ਮੈਨੂੰ ਮਿਲਦੀ ਆ ਕੋਈ ਭੈਣ ਆ ਕੇ ਤੇ ਮੈਂ ਕਿਹਾ ਫੇਰ ਉੱਥੇ ਕੀ ਤੇਰਾ ਜੀ ਨਹੀਂ ਲੱਗਣਾ ਜਵਾਕਾਂ ਕੋਲ ਜਾ ਕੇ ਤੇਰਾ ਵਧੀਆ ਜੀ ਲੱਗੂਗਾ ਹਾਂ ਤਾਈ ਜੀ ਤੁਸੀਂ ਕਹਿਣਾ ਸੀ ਮੈਂ ਤੁਹਾਨੂੰ ਮਿਲਣ ਤਾਂ ਸੀ ਆ ਜਾ ਕਰਦੇ ਸੀ ਆਖਿਆ ਭਾਈ ਮੈਂ ਕਿਹਾ ਤੂੰ ਮੈਨੂੰ ਸੱਦ ਲਿਆ ਕਰੀ ਫੋਨ ਕਰਕੇ ਕਹਿੰਦੀ ਆ ਜਾ ਕਰੇਂਗੀ ਮੈਂ ਕਿਹਾ ਆ ਜਾ ਕਰੂੰਗੀ ਮੈਂ ਕਿਹਾ ਦੋ ਦਿਨ ਲਾਇਆ ਕਰੂੰ ਤੇਰੇ ਕੋਲ ਹਾਂ ਤਾਈ ਜੀ ਪਤਾ ਚੱਲ ਵਧੀਆ ਤੇ ਭਾਈ ਹੁਣ ਮੈਨੂੰ ਕਿਹੜਾ ਉਹਨੇ ਆਏ ਕਹਤਾ ਕਹਿੰਦੀ ਕੋਈ ਨਾ ਮੈਂ ਤਾਂ ਉਹਦੇ ਮਨ ਨਾਲ ਰਾਏ ਕਰਕੇ ਦੱਸੂ ਤਾਈ ਜੀ ਪਹਿਲਾਂ ਤਾਂ ਐਂ ਕਹਿੰਦੇ ਸੀਗੇ ਵੀ ਛੋਡੀਆਂ ਮੈਂ ਚਾਚੀ ਤਾਈਆਂ ਦੀ ਰਾਏ ਲਊਂਗੀ ਮੈਂ ਤਾਂ ਸੀ ਛੋਡੀ ਰਾਏ ਲਊ ਹੋਰ ਉਹ ਕਿਹਦੀ ਰਾਏ ਲਊਗੀ ਹਾਂ ਭਾਈ ਉਹੀ ਤਾਂ ਗੱਲ ਹੈ ਮੈਂ ਕਿਹਾ ਹੁਣ ਤਾਂ ਹਰੇ ਗੱਲ ਚ ਮੈਨੂੰ ਆਖੋ ਭਾਣੇ ਰਾਏ ਦੇ ਚਲੋ ਮੈਂ ਕਿਹਾ ਹੁਣ ਮੈਂ ਇੰਨੀਆਂ ਮਿੰਟਾਂ ਕਰਕੇ ਆਈ ਆ ਤੇ
ਤੇਰੀ ਨੂੰਹ ਤੈਨੂੰ ਨਾਲ ਲੈ ਕੇ ਜਾਂਦੇ ਸ਼ਹਿਰ ਚ ਹੋਰ ਕਿਉਂ ਰੁੜਦੀ ਫਿਰਦੀ ਹੈ ਆਖਿਆ ਭਾਈ ਮੈਂ ਕਿਹਾ ਵੀ ਭਾਈ ਤੂੰ ਆਰੇ ਜਵਾਕਾਂ ਦੇ ਨਾਲ ਜਾ ਮੈਂ ਕਿਹਾ ਜੇ ਮੇਰਾ ਮੁੰਡਾ ਲੈ ਕੇ ਜਾਵੇ ਮੇਰੀ ਨੂੰਹ ਲੈ ਕੇ ਜਾਵੇ ਮੈਂ ਤਾਂ 2 ਮਿੰਟ ਨਾ ਖੜਾ ਮੈਂ ਤਾਂ ਉਹਦੀ ਵਗ ਜਾ ਲੈ ਕੇ ਤਾਂ ਜੀ ਬਹੁਤ ਵਧੀਆ ਗੱਲਾਂ ਤੁਸੀਂ ਨਾ ਜਿਹੜੇ ਤੀਰ ਨੇ ਉਹ ਨਿਸ਼ਾਨੇ ਤੇ ਲਾਏ ਹਾਂ ਤੇ ਉਹ ਹੀ ਗੱਲ ਵਾਂਗੂ ਭਾਈ ਮੈਂ ਤਾਂ ਹੁਣ ਵੀ ਮਨਾਤਾ ਮੈਂ ਲਾਉਂ ਉਹਨੂੰ ਤੇਰੀ ਮਾਂ ਨੂੰ ਪਰ ਭਾਈ ਦੇਖੀ ਕਿਤੇ ਸਵੇਰ ਨੂੰ ਮੈਨੂੰ ਨਾ ਕਿਤੇ ਲਾਂਬਾ ਦਵਾ ਦੀ ਮੈਨੂੰ ਨਾ ਨਹੀਂ ਨਹੀਂ ਤਾਈ ਸਾਨੂੰ ਕੋਈ ਲਾਂਬਾ ਨਹੀਂ ਆਉਂਦਾ ਅਸੀਂ ਆਪਦੀ ਮਾਤਾ ਦੀ ਇੰਨੀ ਸੇਵਾ ਕਰਾਂਗੇ ਅਸੀਂ ਉਹਦੀ ਸੇਵਾ ਕਰਨਾ ਚਾਹੁੰਦੇ ਆ ਤਾਂ ਹੀ ਤਾਂ ਅਸੀਂ ਉਹਨੂੰ ਸ਼ਹਿਰ ਲੈ ਜਾਣਾ ਚਾਹੁੰਦੇ ਆ ਉਹ ਇੱਥੇ ਇਕੱਲੀ ਰਹਿੰਦੀ ਅਸੀਂ ਉੱਥੇ ਰਹਿੰਦੇ ਆ ਹਾਂ ਵੀ ਉੱਥੇ ਭਾਈ ਦੇਖ ਕੇ ਤੁਸੀਂ ਲਾਏ ਜੋ ਹੁਣ ਦੇਖ ਭਾਈ ਮੈਂ ਕਹੇ ਕਹਾ ਕਿ ਨਾ ਤਾਂ ਤੁਹਾਡੇ ਦੇ ਘਰ ਨਾਲ ਲਵਾ ਦਿਆਂ ਨਾਲ ਮੈਂ ਬਾਹਣ ਨਾਲ ਲਵਾ ਦਿਆਂ ਕਿਤੇ ਫੇਰ ਤੁਸੀਂ ਵਿਚਾਰੀ ਨੂੰ ਉੱਥੇ ਰੋਟੀ ਟੱਪਾ ਨਹੀਂ 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 ਤਾਈ ਜੀ ਇਹ ਤੁਹਾਨੂੰ ਲਾਂਬਾ ਕਦੇ ਵੀ ਨਹੀਂ ਆਉਂਦਾ ਦੇਖੋ ਇੱਕ ਪੁੱਤਰ ਦਾ ਦਰਦ ਆਪਦੀ ਮਾਂ ਲਈ ਹਮੇਸ਼ਾ ਉਹਦੇ ਦਿਲ 'ਚ ਰਹਿੰਦਾ ਹੁਣ ਮੈਂ ਦੱਸ ਕੀ ਕਰਾਂ ਮੈਂ ਤਾਂ ਐਡੀ ਦੂਰ ਸ਼ਹਿਰਾਂ 'ਚ ਬੈਠਾ ਤੇ ਉਹ ਮੇਰੀ ਮਾਤਾ ਇੱਥੇ ਰੁੱਦੀ ਫਿਰਦੀ ਆ ਇਸ ਕਰਕੇ ਤਾਂ ਉਹਨੂੰ ਲੈਣ ਆਇਆ ਹਾਂ ਭਾਈ ਉਹੀ ਗੱਲ ਮੰਗੋ ਭਾਈ ਫੇ ਵੱਡੇ ਬੰਦੇ ਦਾ ਪੁੰਨ ਕਿੱਡਾ ਹੁੰਦਾ ਹੈ ਨਾ ਜੇ ਆਪਾਂ ਵੱਡੇ ਬੰਦੇ ਦੀ ਸੇਵਾ ਕਰਾਂਗੇ ਦੇਖ ਉਹ ਤਾਂ ਬਾਹਲੀ ਵੱਡੀ ਸੇਵਾ ਹੈ ਹਾਂ ਕੋਲ ਕੋਈ ਗੱਲ ਨਹੀਂ ਤਾਈ ਜੀ ਤੁਸੀਂ ਅੱਜ ਤੈਨੂੰ ਮਨਾਇਆ ਕੱਲ ਨੂੰ ਵੀ ਮਨਾਇਓ ਤੁਸੀਂ ਜੇ ਮੇਰੀ ਮਾਤਾ ਜੀ ਮੰਨੇਗੀ ਤਾਂ ਛੋਡੀ ਮੰਨੇਗੀ ਤੇ ਇੱਕ ਗੱਲ ਨਾਲ ਤੁਸੀਂ ਹਰਪ੍ਰੀਤ ਨੂੰ ਛੋਡੀ ਸੇਵਾ ਕਰੀਗੇ ਹਾਂ ਸੇਵਾ ਕਰੀ ਆ ਭਾਈ ਚਾਹ ਪਾਣੀ ਫੜਾਇਆ ਤੇ ਬੜਾਈ ਸੋਹਣੀਆਂ ਸੇਵੀਆਂ ਬਣਾਈ ਬੈਠੀ ਤੇ ਉਹ ਕਰਾਰੇ ਚੌਲ ਬਣਾਈ ਬੈਠੀ ਤੇ ਬੜਾਈ ਸੇਵਾ ਕਰੀ ਵਿਚਾਰੀ ਨੇ ਚਲੋ ਠੀਕ ਹੈ ਤਾਈ ਜੀ ਤੁਹਾਡਾ ਸ਼ੁਕਰੀਆ ਤੁਸੀਂ ਕਿਸੇ ਤਰ੍ਹਾਂ ਕਰਕੇ ਮੇਰੀ ਮਾਤਾ ਜੀ ਨੂੰ ਜ਼ਰੂਰ ਮਨਾਓ ਨਾ ਮਨਾਉਂ ਤਾਂ ਭਾਈ ਮੈਂ ਹੈਗੀ ਮੰਨ ਵੀ ਜਾਊਗੀ ਪਰ ਮੰਨੂ ਹੌਲੀ ਹੌਲੀ ਮੰਨੂ ਦਿਮਾਗਦਾਰ ਬੁੜੀ ਵਾਲੀ ਐ ਕੋਈ ਗੱਲ ਨਹੀਂ ਤਾਈ ਜੀ ਤੁਸੀਂ ਨਾ ਕਿਸੇ ਗੱਲ ਦੀ ਚਿੰਤਾ ਨਾ ਕਰਿਓ ਜੋ ਸੁਝਾਉ ਦੇ ਮੇਰਾ ਵੀ ਦੇਖ ਤੁਸੀਂ ਕਿਤੇ ਨਾਮ ਲਵਾ ਕੇ ਭਾਈ ਕਿਤੇ ਫਿਰ ਮੈਨੂੰ ਤੁਸੀਂ ਨਹੀਂ 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 ਤਾਈ ਜੀ ਮੇਰਾ ਵੀ ਭਾਈ ਦੇਖ ਸੋਡਾ ਰੱਖਿਓ ਸੋਡਾ ਮਾਨਤਾ ਨਾਲ ਤਾਈ ਅਸੀਂ ਜ਼ਰੂਰ ਕਰਾਂਗੇ ਚੰਗਾ ਭਾਈ ਤੇ ਤਾਈ ਜੀ ਦੁਬਾਰਾ ਵੀ ਮੇਰੀ ਮਾਤਾ ਕੋਲ ਤੁਸੀਂ ਜ਼ਰੂਰ ਆਉਂਗੀ ਭਾਈ ਮੈਂ ਆਉਂਗੀ ਲੈ ਜੇ ਮੇਰੀ ਮਾਤਾ ਮੰਨੂਗੀ ਤਾਂ ਮੇਰੀ ਤਾਈ ਦੀ ਮੰਨੂਗੀ ਚਲੋ ਕੋਈ ਨਹੀਂ ਅੱਜ ਨਾ ਕੱਲ ਸਾਰੀ ਜਾਇਦਾਦ ਤੇ ਘਰ ਤੋਂ ਉਤੋਂ ਨਾਂ ਲਵਾ ਕੇ ਹਟਾਂ ਮਾਤਾ ਜੀ ਕਿੱਧਰ ਗਏ ਅੱਗੇ ਤਾਂ ਇੱਥੇ ਬੈਠੇ ਹੁੰਦੇ ਉਧਰ ਵੀ ਦਿੰਦੇ ਨਹੀਂ ਮਾਤਾ ਜੀ ਮਾਤਾ ਜੀ ਤੁਸੀਂ ਇੱਥੇ ਫਿਰਦੇ ਹੋ ਮਾਤਾ ਜੀ ਹਾਂ ਪੁੱਤ ਇੱਥੇ ਕੀ ਕਰਦੇ ਫਿਰਦੇ ਹੋ ਇੱਥੇ ਪੁੱਤ ਕੁਛ ਨਹੀਂ ਕਰਦੀ ਆ ਕਹਿੰਦੇ ਤੇ ਡੈਡੀ ਦੀ ਨਿਸ਼ਾਨੀ ਸੀਗੀ ਆ ਦੇਖਦੇ ਸੀ ਕੰਪਿਊਟਰ ਵੀ ਚੂਹੇ ਨਾ ਤਾਰਾ ਟੁੱਕਦੇ ਨਾ ਮਾਰੇ ਸੀ ਮੁੰਡਾ ਕਹਿੰਦੇ ਸਾਂਭ ਦੂਗਾ ਨਹੀਂ ਨਹੀਂ ਮਾਤਾ ਜੀ ਆ ਜਾਓ ਅਸੀਂ ਸਾਂਭ ਸੰਭਾਲਾਂ ਵਿੱਚ ਕੀਤੀ ਹੋਈ ਹੈ ਸਾਰੀ ਇਹੀ ਕੋਈ ਗੱਲ ਨਹੀਂ ਨਹੀਂ ਪੁੱਤ ਇਹਨੂੰ ਸਾਂਭਣ ਦਾ ਜਾਂ ਚਲਾ ਜ਼ਰੂਰ ਲਿਆ ਕਰ ਨਹੀਂ ਪਰੇ ਸਾਂਭਣੇ ਜਵਾਕਾਂ ਵਾਸਤੇ ਲੈ ਜੀ ਉੱਥੇ ਉਹ ਮਾਤਾ ਜੀ ਤੁਸੀਂ ਉਹ ਨਾ ਜੋ ਸਮਾਂ ਲੰਘ ਗਿਆ ਉਹਨੂੰ ਬਾਰੀ ਬਾਰੀ ਨਾ ਯਾਦ ਕਰਿਆ ਕਰੋ ਜਦ ਤੱਕ ਪੁੱਤ ਸਮਾਂ ਤਾਂ ਆਉਂਦਾ ਹੀ ਰਹਿੰਦਾ ਹੈਗਾ ਸਮਾਂ ਤਾਂ ਕਹਿੰਦੇ ਇਹ ਮਰਦੇ ਤਾਂ ਦਮ ਤੱਕ ਜ਼ਿਆਦਾ ਰਹਿੰਦਾ ਹੈਗਾ ਕਾਹਨੂੰ ਭੁੱਲ ਸਕਦੇ ਹੁੰਦੇ ਪੁੱਤ ਮਾਤਾ ਜੀ ਤਾਂ ਹੀ ਤਾਂ ਨਾ ਇਹ ਚੀਜ਼ਾਂ ਜਿਵੇਂ ਆਹ ਆਪਣੀ ਜਨ ਗੱਡੀ ਖੜੀ ਹੈ ਤੇ ਕੰਪਿਊਟਰ ਪਿਆ ਹੈ ਇਹ ਚੀਜ਼ਾਂ ਨੂੰ ਮੈਂ ਤਾਂ ਕਹਿੰਦਾ ਆਪਾਂ ਵੇਚ ਦਿੰਦੇ ਨਾ ਪੁੱਤ ਨਾ ਇਹ ਤੇ ਡੈਡੀ ਦੀਆਂ ਨਿਸ਼ਾਨੀਆਂ ਐਵੇਂ ਵੇਚਣੀਆਂ ਪਈਆਂ ਨੇਗੀਆਂ ਜਿੰਨਾ ਚਿਰ ਮੈਂ ਜਿਉਂਦੀ ਉਹਨਾਂ ਚਿਰ ਨਹੀਂ ਵੇਚਣੀਆਂ ਮੇਰੇ ਮਾਰੀ ਮਗਰੋਂ ਵੇਚੀ ਜਾਓ ਮਾਤਾ ਜੀ ਉਹ ਤਾਂ ਲੋਹਾ ਹੈ ਉਹ ਮੈਂ ਵੀ ਤਾਂ ਪਿਤਾ ਜੀ ਦੀ ਨਿਸ਼ਾਨੀ ਹੈ ਤੂੰ ਮੇਰੇ ਵੱਲ ਨਹੀਂ ਦੇਖ ਨਹੀਂ ਨਹੀਂ ਪੁੱਤ ਤੂੰ ਨਿਸ਼ਾਨੀ ਹੈਗੀ ਇਹ ਵੀ ਚੀਜ਼ਾਂ ਨੇਗੀਆਂ ਇਹ ਵੀ ਨਿਸ਼ਾਨੀ ਹੈ ਕੋਈ ਨਾ ਤੂੰ ਆਪਦੀ ਥਾਂ ਉਹ ਆਪਦੀ ਥਾਂ ਜਦੋਂ ਮੈਂ ਮਰ ਗਈ ਵੇਚ ਰਹੀ ਤੇਰੀਆਂ ਮੈਂ ਕੀ ਕਰਨਗਾ ਉਹ ਮਾਤਾ ਜੀ ਤੁਸੀਂ ਤੋਂ ਐਂ ਕਹਿੰਦੇ ਨੇ ਮੈਂ ਤਾਂ ਨਾ ਐਂ ਕਹਿਣਾ ਵੀ ਤੁਸੀਂ ਦੇਖ ਦੇਖ ਕੇ ਇਹਨਾਂ ਨੂੰ ਉਹਨਾਂ ਚੀਜ਼ਾਂ ਨੂੰ ਰੋਂਦੇ ਰਹਿੰਦੇ ਹੋ ਮੈਂ ਤਾਂ ਕਹਿਣਾਗਾ ਨਹੀਂ ਨਹੀਂ ਕੋਈ ਨਾ ਪੁੱਤ ਕਹਿੰਦੇ ਇੰਨੇ ਨਾ ਯਾਦ ਆ ਜਾਂਦੀ ਹੈ ਗੱਲ ਵੀ ਆ ਆਪਾਂ ਫਲਾਣੇ ਟਾਈਮ ਚ ਲਈ ਸੀ ਆ ਖਈ ਨਾ ਲਈ ਸੀ ਆ ਖਈ ਨਾ ਲਈ ਸੀ ਇਹ ਤਾਂ ਛੱਡ ਪੁੱਤ ਪਰੇ ਗੱਲਾਂ ਅੱਜ ਤੇਰ ਤਾਈ ਆਈ ਸੀ ਕਿਵੇਂ ਕੁਛ ਕਹਿੰਦੇ ਤਾਈ ਤਾਂ ਨਹੀਂ ਕੁਛ ਕਿਹਾ ਉਹਨਾਂ ਨੇ ਘਰੇ ਤੂੰ ਤਾਂ ਨਹੀਂ ਗਿਆ ਮੇਰੀ ਤਾਈ ਆਈ ਸੀ ਹਾਂ ਨਾ ਮਾਤਾ ਜੀ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਵੀ ਕਦੋਂ ਆਈ ਸੀ ਤਾਈ ਜੀ ਨਾ ਪੁੱਤ ਉਹ ਤਾਂ ਕਹਿੰਦੇ ਐ ਲੱਗਾ ਜਿਵੇਂ ਵੀ ਤਾਏ ਜਾਂ ਜਾਂ ਆਪਣੀ ਇਹਨੇ ਬਹੁਤੀ ਨੇ ਕੁਛ ਕਿਹਾ ਹੁੰਦਾ ਆ ਕੇ ਮੈਨੂੰ ਤਾਂ ਕਹੇ ਨਾ ਤਾਂ ਘਰ ਵੇਚ ਦਿਓ ਨਾ ਜ਼ਮੀਨ ਵੇਚ ਦਿਓ ਤੇ ਮੁੰਡੇ ਨਾਲ ਤੂੰ ਉੱਥੇ ਰਹਿਣ ਲੱਗ ਜਾ ਸ਼ਹਿਰ ਚ ਵਗ ਜਾ ਕੇ ਨਹੀਂ ਨਹੀਂ ਮਾਤਾ ਜੀ ਤੁਸੀਂ ਮੇਰੇ ਤੇ ਕੋਈ ਸ਼ੱਕ ਨਾ ਕਰੋ ਮੈਂ ਤੁਹਾਡਾ ਪੁੱਤਰ ਆ ਮੇਰੇ ਤੇ ਤੁਹਾਨੂੰ ਯਕੀਨ ਨਹੀਂ ਮੈਂ ਕਿਉਂ ਕਹਾਂਗਾ ਯਕੀਨ ਤਾਂ ਹੈਗਾ ਪੁੱਤ ਮੈਨੂੰ ਤੇਰੇ ਤੇ ਗੱਲ ਕਰ ਕਹਿੰਦੇ ਤੇਰੇ ਤਾਈ ਨੂੰ ਦੇਖ ਕੇ ਮੈਨੂੰ ਯਕੀਨ ਥੋੜਾ ਜਿਹਾ ਐ ਉੱਡ ਵੀ ਗਿਆ ਵੀ ਮੈਂ ਆਖਿਆ ਮੇਰੇ ਪੁੱਤ ਨੇ ਮੈਨੂੰ ਨਹੀਂ ਦੱਸਿਆ ਕੀ ਉਹਨੇ ਆਪਦੀ ਤਾਈ ਕੋਲੇ ਗੱਲ ਕਰਦੀ ਹੋ ਜਿਹੜੀ ਉਹ ਮੈਨੂੰ ਵਾਰ-ਵਾਰ ਪੁੱਛਦੀ ਐ ਨਹੀਂ 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 ਮਾਤਾ ਜੀ ਇਹੀ ਜੀ ਕੋਈ ਗੱਲ ਨਹੀਂ ਕੱਲ ਤੁਸੀਂ ਆਪ ਵੀ ਤਾਂ ਕਹਿੰਦੇ ਸੀ ਵੀ ਜੇ ਮੈਂ ਰਾਇਆ ਕਰੂੰਗੀ ਤਾਂ ਤੇਰੀਆਂ ਚਾਚੀਆਂ ਤਾਈਆਂ ਨਾਲ ਉਹ ਤਾਂ ਫਿਰ ਇਦਾਂ ਹੀ ਆ ਗੱਲ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਉਹਦੇ ਨਾ ਉਹ ਸਾਰੀਆਂ ਰਹਿਆਂ ਪਹਿਲਾਂ ਵੀ ਤੁਸੀਂ ਉਸੇ ਨਹੀਂ ਕਰਦੇ ਹੋ ਹਾਂ ਕਰਦੇ ਤਾਂ ਹੈਗੇ ਆ ਪਰ ਨਾਲੇ ਮੇਰੀ ਤਾਈ ਜੀ ਸਾਨੂੰ ਰਾਇ ਮਾੜੀ ਨਹੀਂ ਦਿੰਦੇ ਕਦੇ ਵੀ ਨਹੀਂ ਰਾਇ ਤਾਂ ਮਾੜੀ ਨਹੀਂ ਦਿੰਦੇ ਭਾਈ ਉਹਨੇ ਇੱਕੇ ਲੱਗਤ ਜੀ ਜਿਵੇਂ ਕਿਹਾ ਕਹਿੰਦੇ ਤੂੰ ਉੱਥੇ ਰਹਿਣ ਲੱਗ ਜਾ ਨੂੰ ਪੁੱਤ ਕੋਲੇ ਆਵੇ ਤੈਨੂੰ ਚੰਗੀ ਸੇਵਾ ਸੰਭਾਲ ਕਰਨਗੇ ਨਾ ਤੂੰ ਆ ਘਰ ਵੇਚ ਦੇ ਤੇਰੇ ਖੇਤ ਲੋਕ ਵੱਟਾ ਰੋਕ ਲੈਣਗੇ ਤੇਰਾ ਖੇਤ ਦੱਬ ਲੈਣਗੇ ਇਹੋ ਜਿਹੀਆਂ ਗੱਲਾਂ ਜੀ ਕਰੀਆਂ ਮੈਨੂੰ ਐ ਲੱਗਿਆ ਜਿਵੇਂ ਕਿਹਾ ਹੁੰਦਾ ਮਾਤਾ ਜੀ ਜਿਹੜੀ ਮੇਰੀ ਤਾਈ ਜੀ ਹੈ ਨਾ ਉਹ ਬਹੁਤ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਵੀ ਤੂੰ ਇੱਥੇ ਰੁੜਦੀ ਫਿਰਦੀ
ਕਹਿੰਦੀ ਤਾਂ ਹੈ ਪੁੱਤ, ਕਹਿੰਦੀ ਤਾਂ ਚੱਲ ਚੰਗਾ ਹੈਗਾ, ਪਰ ਮੈਥੋਂ ਆਪਦਾ ਪਿੰਡ ਛੱਡਿਆ ਨੀ ਜਾਂਦਾ ਨਾ ਨਗਰ। ਕਹਿੰਦੇ ਭਾਵੇਂ ਹੁਣ ਘਰ ਆ, ਜ਼ਮੀਨ ਆ, ਕੁਛ ਵੀ ਹੈ, ਮੈਥੋਂ ਆਪਦੇ ਨੰਗਰ ਚ ਜਾਈਦਾ ਨੀ। ਜਿੱਦਾਂ ਮੈਂ ਮਰ ਗਈ, ਮੇਰੀ ਸਵਾਹ ਬਣ ਗਈ, ਮੇਰੇ ਇੱਥੇ ਜਾਊ ਅਰਥੀ। ਉਹ ਮਾਤਾ ਜੀ ਸੁਣਨਾ, ਜਿਹੜਾ ਇੱਥੇ ਲਿਆ ਆਵਾਂਗੇ, ਤੁਹਾਡਾ ਸੰਸਕਾਰ ਇੱਥੇ ਨਗਰ ਚ ਹੀ ਕਰ ਦਿਆਂਗੇ ਲਿਆ ਕੇ। ਤੁਸੀਂ ਇਹਨਾਂ ਗੱਲਾਂ ਦਾ ਕਿਉਂ ਬਹਿਮਾਨ ਨੇ? ਉਹ ਨਾਲੇ ਤੁਹਾਨੂੰ ਹਜੇ ਕੀ ਹੋਣ ਵਾਲਾ ਹੈ, ਤੁਸੀਂ ਤਾਂ ਹੱਟੇ ਕੱਟੇ ਪਏ ਹੋ ਜੇ, ਇੰਨੇ ਤੰਦਰੁਸਤ ਤੁਹਾਡਾ ਸਰੀਰ ਹੈ। ਨਾ ਨਾ ਪੁੱਤ, ਤੰਦਰੁਸਤ ਦਾ ਕੋਈ ਪਤਾ ਨਹੀਂ, ਕਹਿੰਦੇ ਹੁਣ ਇੱਕ ਪੈਰ ਚੱਕ ਲਾ ਦੂਜੇ ਦੀ ਆਸ ਨਹੀਂ, ਕੋਈ ਵੀ ਪਤਾ, ਕਹਿੰਦੇ ਆਪਾਂ ਕਹਾਂਗੇ ਵੀ ਉਮਰ ਵੱਡੀ, ਉਮਰ ਨਹੀਂ ਕਿਸੇ ਦੇ ਹੱਥ 'ਚ ਲਿਖੀ ਹੋਈ, ਇਹਦਾ ਕੋਈ ਪਤਾ ਨਹੀਂ ਕਿਹੜੇ ਹਵਾ 'ਚ ਨਿਕਲ ਜਾਣੀ ਹੈ। ਨਾਲੇ ਮਾਤਾ ਜੀ ਮੇਰੀ ਗੱਲ ਸੁਣੋ, ਉਹ ਜਦੋਂ ਖੁਦ ਮੇਰੀ ਤਾਈ ਜੀ ਸਾਨੂੰ ਕਹੀ ਜਾਂਦੇ ਆ ਵੀ ਤੁਸੀਂ ਉੱਥੇ ਵਗ ਜਾਓ ਆਪਦੇ ਬੇਟੇ ਕੋਲੇ, ਉਹ ਨਾਲੇ ਤੁਸੀਂ ਤਾਂ ਮੇਰੀਆਂ ਚਾਚੀਆਂ ਤਾਈਆਂ ਦੇ ਮਾਰੇ ਇੱਥੇ ਰਹਿ ਰਹੇ ਸੀ, ਉਹ ਤੁਹਾਨੂੰ ਮਿਲਣ ਆ ਜਾ ਕਰਨਗੇ ਉੱਥੇ, ਫਿਰ ਕੀ ਗੱਲ ਹੈ? ਨਾ ਇਹ ਤਾਂ ਮੈਨੂੰ ਕਹਿੰਦੀ ਸੀ ਪੁੱਤ, ਕਹਿੰਦੀ ਤੂੰ ਬਾਗੇ ਸ਼ਹਿਰ ਚ ਨਾ, ਸ਼ਹਿਰ ਮੈਂ ਦੇਖ ਲਾ, ਮੈਂ ਤੇਰੇ ਕੋਲ ਦੋ ਰਾਤਾਂ ਲਾਇਆ ਕਰੂੰ। ਹਾਂ ਦੇਖ ਲਓ ਮਾਤਾ ਜੀ, ਉਹ ਤਾਂ ਸ਼ਹਿਰ ਦੇਖਣ ਨੂੰ ਤਰਸਦੀ ਹੈ ਮੇਰੀ ਤਾਈ ਜੀ ਤਾਂ, ਤੇ ਤੁਸੀਂ ਸਾਡੇ ਨਾਲ ਜਾਂਦੇ ਨਹੀਂ ਪੁੱਤ। ਮੇਰਾ ਮਨ ਨਹੀਂ ਖੜਦਾ, ਮੇਰਾ ਜੀ ਨਹੀਂ ਕਰਦਾ ਜਾਣ ਨੂੰ। ਤੁਹਾਡਾ ਮਨ ਮਾਤਾ ਜੀ ਕਿਵੇਂ ਖੜੇਗਾ ਦੱਸੋ, ਕੀ ਕਰੀਏ ਆਪਾਂ, ਉਹੀ ਗੱਲ ਕਰ ਲਾਂਗੇ। ਪਰ ਕੋਈ ਨਾ ਪੁੱਤ, ਮੈਂ ਤੇਰੀ ਤਾਈ ਨੂੰ ਵੀ ਦੱਸੇ ਸੋਚ ਕੇ ਦੱਸੂਗੀ, ਕੋਈ ਨਾ ਇੰਨਾ ਤੱਤਾ ਨੀ ਲੱਗਦੇ, ਤੇ ਬਾਹਰ ਤੱਤਾ ਲੱਗੇ ਨਾ ਮੂੰਹ ਮੱਚ ਜਾਂਦਾ, ਕੋਈ ਨਾ ਮੈਂ ਸੋਚ ਕੇ ਦੱਸ ਦੂੰਗੀ। ਨਹੀਂ ਨਹੀਂ ਮਾਤਾ ਜੀ, ਤੱਤਾ ਲੱਗਣ ਵਾਲੀ ਕੀ ਗੱਲ ਹੈ, ਸਾਨੂੰ ਨਾ ਜਿਹੜਾ ਤੁਸੀਂ ਇੱਥੇ ਰੁੜਦੇ ਹੋ, ਤੁਹਾਡਾ ਦਰਦ ਮੈਥੋਂ ਚੱਲਿਆ ਨਹੀਂ ਜਾਂਦਾ ਮਾਤਾ ਜੀ, ਤਾਂ ਕਹਿਣਾ ਮੈਂ ਤੁਹਾਨੂੰ ਵਾਰੀ ਵਾਰੀ, ਨਹੀਂ ਮੈਨੂੰ ਕਹਿਣ ਦੀ ਕੀ ਲੋੜ ਪੈਂਦੀ ਹੈ? ਤਾਂ ਦਰਦ ਤਾਂ ਨਹੀਂ ਝੱਲੀਦਾ ਪੁੱਤ, ਜੇ ਮੈਂ ਤੇਰੀ ਮਾਂ ਹੈ ਫੇਰ ਹੀ ਕਹਿਣਾ ਮੈਨੂੰ, ਜੇ ਹੁਣ ਆਪਣਾ ਘਰ ਹੈ, ਜ਼ਮੀਨ ਆ, ਆਪਾਂ ਛੱਡ ਕੇ ਆਏ ਵਗ ਜਾਂਗੇ ਉੱਥੇ, ਤੇ ਇੱਥੇ ਆਪਣੀ ਰਾਖੀ ਕੌਣ ਰੱਖੂ ਪੁੱਤ? ਮਾਤਾ ਜੀ ਆਪਾਂ ਨੇ ਕਿਹੜਾ ਇੱਥੇ ਕੋਈ ਛੱਡ ਕੇ ਜਾਣਾ, ਆਪਾਂ ਇਹਨੂੰ ਕਿਸੇ ਨੂੰ ਸਮਾ ਦੇਵਾਂਗੇ, ਜਾਂ ਆਪਾਂ ਜੇ ਤੁਸੀਂ ਕਹੋ ਤਾਂ ਆਪਾਂ ਉਹਨੂੰ ਵੇਚ ਹੀ ਦੇਵਾਂਗੇ। ਨਾ ਨਾ ਪੁੱਤ, ਵੇਚਦੇ ਨਹੀਂ ਹਜੇ, ਇਹ ਕਹਿੰਦੇ ਹੁੰਦੇ ਜ਼ਮੀਨ ਨਹੀਂ ਬਣਦੀ ਹੁੰਦੀ, ਜ਼ਮੀਨ ਕਹਿੰਦੀ ਹੁੰਦੀ ਆ ਮੈਂ ਤੈਨੂੰ ਛੁਡਾ ਲੂੰ ਤਾਂ ਇੱਥੋਂ ਮੁੜ ਕੇ ਮੈਂ ਨਹੀਂ ਬਣਨੀ। ਨਹੀਂ ਮਾਤਾ ਜੀ, ਤੁਸੀਂ ਤਾਂ ਪੁਰਾਣੀਆਂ ਗੱਲਾਂ ਕਰਦੇ ਹੋ, ਆਪਾਂ ਇਹਨਾਂ ਪੈਸਿਆਂ ਦੇ ਨਾਲ ਹੀ ਉੱਥੇ ਕੋਈ ਵਪਾਰ ਚਲਾਵਾਂਗੇ, ਕੋਈ ਪਲਾਟ ਲਵਾਂਗੇ, ਠੀਕ ਹੈ, ਆਪਾਂ ਇਹਨਾਂ ਪੈਸਿਆਂ ਨੂੰ ਖਰਾਬ ਥੋੜੋ ਕਰਾਂਗੇ। ਨਾ ਨਾ ਪੁੱਤ, ਫਿਰ ਵੇਚਣ ਨੂੰ ਮੇਰਾ ਜੀ ਨਹੀਂ ਕਰਦਾ। ਚੰਗਾ ਮਾਤਾ ਜੀ, ਤੁਸੀਂ ਤਾਂ ਨਾ ਐਵੇਂ ਇਹਨਾਂ ਝਮੇਲਿਆਂ 'ਚ ਪੈ ਗਏ ਗੱਲਾਂ 'ਚ, ਤੁਸੀਂ ਖਾਣਾ ਖਾ ਲਿਆ? ਨਾ ਖਾਣਾ ਤਾਂ ਖਾ ਲਓ ਪੁੱਤ, ਕਿਹੜਾ ਖਾਣਾ ਖਾਵਾਂ, ਮੇਰੇ ਤਾਂ ਖਾਣੇ ਨੂੰ ਜੀ ਨਹੀਂ ਕਰਦਾ, ਮੈਂ ਤਾਂ ਬੰਦ ਹੋ ਗਿਆ। ਜਿਹੜੀਆਂ ਤੁਸੀਂ ਨਾ ਅੱਜ ਗੜਾਣੇ ਵਾਲੀਆਂ ਸੇਵੀਆਂ ਬਣਾਈਆਂ ਸੀ, ਮੈਨੂੰ ਤਾਂ ਬਹੁਤ ਸਵਾਦ ਲੱਗੀਆਂ। ਹਾਂ ਮੈਂ ਬਣਾਈਆਂ ਸੀ ਪੁੱਤ, ਵਧੀਆ ਲੱਗੀਆਂ। ਪ੍ਰੀਤ ਨੇ ਤਾਂ ਨਮਕੀਨ ਚਾਵਲ ਬਣਾਏ ਸੀ, ਮੈਂ ਚਾਵਲ ਨਹੀਂ ਖਾਦੇ, ਮੈਂ ਤੁਹਾਡੀਆਂ ਬਣਾਈਆਂ ਹੋਈਆਂ ਸੇਵੀਆਂ ਗੜਾਣੇ ਵਾਲੀਆਂ ਉਹ ਖਾਦੀਆਂ। ਮਾਤਾ ਜੀ ਮੈਨੂੰ ਤਾਂ ਬਚਪਨ ਦੀ ਯਾਦ ਆ ਗਈ। ਆਉਣੀ ਸੀ ਪੁੱਤ, ਆਉਣੀ ਸੀ, ਆਖਿਆ ਸੀ ਮੈਂ ਪ੍ਰੀਤ ਨੂੰ ਤੂੰ ਖਾ ਲਾ, ਕਹਿੰਦੀ ਨਾ ਮੈਨੂੰ ਤਾਂ ਚੰਗੀਆਂ ਲੱਗਦੇ, ਮੈਂ ਆਖਿਆ ਤੂੰ ਨਾ ਖਾ, ਮੇਰਾ ਪੁੱਤ ਗੋਰਾ ਖਾ ਲੂ ਫਿਰ। ਹਾਂ ਚੰਗਾ ਮਾਤਾ ਜੀ, ਚੰਗਾ ਪੁੱਤ ਚੰਗਾ। ਤੇ ਤੁਸੀਂ ਨਾ ਹੁਣ ਮਨ ਬਣਾ ਲਓ ਨਾ, ਕੋਈ ਨਾ ਤੁਹਾਡਾ ਭਲਾ ਹੈ ਉੱਥੇ ਜਾਣ ਚ, ਮੇਰੀ ਤਾਈ ਜੀ ਬਹੁਤ ਸਿਆਣੇ ਨੇ, ਉਹਦੀ ਹਰ ਇੱਕ ਗੱਲ ਤੁਸੀਂ ਮੰਨਿਆ ਕਰੋ। ਚੰਗਾ ਚੰਗਾ ਪੁੱਤ, ਲੈ ਮੇਰਾ ਪੁੱਤ ਤਾਂ ਮੇਰੇ ਹੱਥਾਂ ਦੀਆਂ ਬਣੀਆਂ ਚੀਜ਼ਾਂ ਖਾਣ ਨੂੰ ਤਰਸਦਾ, ਕਹਿੰਦਾ ਮੇਰੀਆਂ ਤੇਰੀਆਂ ਬਣੀਆਂ ਮਾਤਾ ਮੈਨੂੰ ਸੇਵੀਆਂ ਸਵਾਦ ਲੱਗੀਆਂ, ਅੱਗੇ ਜਿਹੜਾ ਪ੍ਰੀਤ ਨੇ ਖਾਣਾ ਬਣਾਇਆ ਸੀ ਉਹ ਮੈਂ ਖਾਧਾ ਨੀ, ਲੈ ਮੈਂ ਇੱਥੇ ਬੈਠੀ ਆ ਕਾਵਲੀ, ਮੇਰਾ ਪੁੱਤ ਮੇਰੀਆਂ ਚੀਜ਼ਾਂ ਬਣਾਈਆਂ ਖਾਣ ਪਿੱਛੇ ਤਰਸਦਾ ਫਿਰਦਾ, ਚੱਲ ਦੇਖਦੀ ਆ ਆਪਦੇ ਪੁੱਤ ਮਗਰ। ਤਾਂ ਕਹਿੰਦੇ ਹੁੰਦੇ ਮਾਮਾ 100-100 ਖੂਹੀ ਟੋਬੀ ਪੈ ਕੇ ਲੈਂਦੀਆਂ, 100-100 ਕੁਛ ਛੱਡ ਦਿੰਦੀਆਂ, ਚੱਲ ਜਿਵੇਂ ਮੇਰਾ ਪੁੱਤ ਕਹੂ ਉਵੇਂ ਠੀਕ ਹੈ ਫਿਰ, ਕੋਈ ਨਾ ਮੇਰੇ ਪੁੱਤ ਦਾ ਮਾਨ ਨੀ ਤੋੜਦੀ ਮੈਂ, ਮੇਰੇ ਪੁੱਤ ਦੇ ਮਗਰ ਹੀ ਆ, ਜੇ ਮੈਂ ਕਹਿ ਦੂ ਉਵੇਂ ਠੀਕ ਹੈ। ਆ ਕੀ ਕਰਦੇ ਫਿਰਦੇ ਆ ਤੁਸੀਂ, ਮੈਨੂੰ ਤਾਂ ਤੁਹਾਡੀ ਸਮਝ ਨੀ ਲੱਗਦੀ। ਪ੍ਰੀਤ ਮੈਂ ਰੋਟੀ ਖਾ ਕੇ ਤੈਨੂੰ ਪਤਾ ਤੋਰਾ ਫੇਰਾ ਕਰਦਾ ਹੁਣ, ਤੋਰਾ ਫੇਰਾ ਕਰਦਾ, ਹੋਰ ਕੀ ਕਰਨਾ ਸੀਗਾ? ਤੋਰਾ ਫੇਰਾ ਤਾਂ ਕਰ ਲਿਓ ਮਾੜੀ ਜੀ, ਉਰੇ ਆ ਕੇ ਮੇਰੀ ਗੱਲ ਸੁਣੋ। ਗੱਲ ਸੁਣੋ? ਹਾਂ ਗੱਲ ਸੁਣੋ। ਝਾੜੂ ਤਾਂ ਮੈਂ ਫੇਰ ਲਾਉਂਗੀ ਉਰੇ ਆਓ। ਉਹ ਦੱਸ ਦਿਓ ਗੱਲ, ਮੈਂ ਤੋਰਾ ਫੇਰਾ ਕਰਨਾ ਸੀਗਾ, ਤੁਸੀਂ ਮੈਨੂੰ ਬਹਾ ਲਿਆ। ਤੋਰਾ ਫੇਰਾ ਫੇਰ ਕਰ ਲਿਓ, ਕੋਈ ਕਿਵੇਂ ਬਣਿਆ ਮਸਲੇ ਦਾ ਹੱਲ ਨਿਕਲਿਆ ਆਪਣੇ ਦਾ? ਉਹ ਮਸਲੇ ਦਾ ਹੱਲ ਹੌਲੀ ਹੌਲੀ ਨਿਕਲਿਆ ਆਊਗਾ, ਜ਼ਿਆਦਾ ਜਲਦਬਾਜ਼ੀ ਨਹੀਂ ਕਰਦੀ। ਜਲਦਬਾਜ਼ੀ ਹੁਣ ਆਪਾਂ ਕਿੰਨੇ ਕੁ ਦਿਨ ਬੈਠੇ ਰਹਾਂਗੇ? ਆਪਾਂ ਨੂੰ ਛੁੱਟੀਆਂ ਸਿਰਫ 8 ਦਿਨਾਂ ਦੀਆਂ ਤੈ ਲਈਆਂ, 8 ਦਿਨ ਹੀ ਮੈਂ ਲਈਆਂ, ਆਪਾਂ ਨੂੰ 8 ਦਿਨਾਂ ਦੀਆਂ ਛੁੱਟੀਆਂ ਮਿਲ ਗਈਆਂ, ਤੇ ਆਪਾਂ 4 ਦਿਨ ਹੋ ਗਏ ਆਪਾਂ ਨੂੰ ਆਇਆਂ ਨੂੰ, ਤੇ 4 ਹੀ ਰਹਿ ਗਏ ਆਪਣੇ, ਤੇ ਬੱਚਿਆਂ ਕੋਲੇ ਵੀ ਆਪਾਂ ਗੇੜਾ ਮਾਰਨਾ। ਪ੍ਰੀਤ ਮੈਂ ਤਾਂ ਇਹ ਗੱਲ ਹੀ ਭੁੱਲ ਗਿਆ ਸੀਗਾ, ਉਹ ਮੇਰਾ ਤਾਂ ਪਿੰਡ ਦੇ ਵਿੱਚ ਜੀ ਬੜਾ ਲੱਗਿਆ ਸੀਗਾ। ਐਂ ਕਰੋ ਫਿਰ ਤੁਸੀਂ ਇੱਥੇ ਹੀ ਰਹਿ ਲਓ ਪਿੰਡ, ਮੈਂ ਵਗ ਜਾਣੀ ਇਕੱਲੀ। ਉਹ ਤੁਸੀਂ ਤਾਂ ਨਾਰਾਜ਼ ਹੋ ਜਾਂਦੇ ਥੋੜੀ ਜਿਹੀ ਗੱਲ ਤੇ, ਹਨਾ? ਉਹ ਜਦੋਂ 8 ਉਹਨਾਂ ਦੀਆਂ ਆਪਣੀਆਂ ਛੁੱਟੀਆਂ 4 ਦੀਆਂ ਰਹਿ ਗਈਆਂ, 4 ਦੀਆਂ ਆਪਣੀਆਂ ਪੂਰੀਆਂ ਹੋ ਗਈਆਂ, ਉਹ ਜਾਵਾਂਗੇ ਤਾਂ ਆਪਾਂ ਹੈਗੀ, ਹੁਣ ਮੈਂ ਨਾ ਉਸ ਮਸਲੇ 'ਚ ਹੀ ਫਿਰਦਾ। ਦੇਖੋ ਐ ਨੀ ਮਾਤਾ ਮੰਨਦੀ ਜਿਵੇਂ ਤੁਸੀਂ ਮਨਾਉਣ ਨੂੰ ਫਿਰਦੇ ਹੋ, ਸਿੱਧੀ ਉਂਗਲ ਨਾ ਕਿਹਾ ਨੀ, ਹੁਣ ਨਿਕਲਦਾ ਉਂਗਲ ਥੋੜੀ ਜਿਹੀ ਟੇਢੀ ਕਰਨੀ ਪਊਗੀ। ਨਹੀਂ ਨਹੀਂ ਨਹੀਂ, ਉਂਗਲ ਕੋਈ ਟੇਢੀ ਕਰਨ ਦੀ ਲੋੜ ਨਹੀਂ। ਮੈਂ ਤਾਈ ਜੀ ਕੱਲ ਮੈਨੂੰ ਟੱਕਰੇ ਸੀ, ਮੈਂ ਉਹਨੂੰ ਸਾਰੀ ਗੱਲ ਸਮਝਾਈ ਸੀ, ਉਹ ਕਹਿੰਦੇ ਸੀ ਭਾਈ ਕੋਈ ਗੱਲ ਨਹੀਂ, ਅੱਜ ਤਾਂ ਤੇਰੀ ਮਾਤਾ ਨਹੀਂ ਮੰਨੀ, ਮੈਂ ਉਹਦੇ ਕੋਲੇ ਨਾ ਫੇਰ ਵੀ ਜਾਊਂਗੀ ਤੇ ਮੈਂ ਉਹਨੂੰ ਜ਼ਰੂਰ ਸਮਝਾਊਂਗੀ। ਹੁਣ ਤਾਈ ਜੀ ਇਹਨਾਂ ਤਾਂ ਕਹਿ ਕੇ ਗਏ, ਉਦੋਂ ਤਾਂ ਤਾਈ ਜੀ ਦੀ ਇਹਨਾਂ ਨੇ ਮੰਨੀ।
सारी ना दे थोड़ी वेच देने बेबे जट दी धिर होंगी जमीन धिर ता हुण जिहड़े आपां उत्थे जाके लवांगे प्लाट खरीदांगे आपां कुछ भी बनावांगे उत्थे उह वी तां तेरी होऊगी ठीक है माता अड़ी वाली इन्ने आ देख लो कि चिर इस घर च बैठे पुराने घर च बैठे ने जमीन जाए मोह नहीं छड़ते पिंड का मोह नहीं छड़ते जिद करी जाती है माता तो हुण चंगी होवे अपने नाल चले वधिया उत्थे आपां इहदी सेवा करिए नाल लै जाइए आपदे उत्थे वधिया रहे इत्थे कल्ली जानी तंग होई जांदी है किसी नूं काम वाले नूं ला लैंदे कदे कुछ कदे कुछ कुछ ना कुछ तो करना ही पैंदा नाले आपां नूं लोक पिंड च कहिंदे होणगे अपना मसला है अपने मसला उहदा हल करना है तू एक बार कह के देख ता ली माता जी की कहिंदे ने मैं करा बेबे नाल गल हां अज तुसी ना उहदे नाल गल करो ते मैं ता ना तोरा फेरा करदा इत्थे कर लो तुसी ता तोरा फिर बेबे ना मैं ही गल कर दिया तुसी नहीं कोई गल कर दे तुसी गल दा कोई मुंह सीधी नहीं कर दे सोनू ता हो रहा थोड़ा ता जी लग रहा उरे आके उत्थों मारे ता तुसी भुल ही गए भी उत्थे अपने कारोबार भी है आपदा जाके सामना भी है बेबे ना अज मैं ही गल कर दिया झाड़ू ता मैं फेर ही लाऊंगी पहला मैं बेबे ना गल करके आउनी हां बेबे नूं मनाउनी हां पूछ ना भैन की दसा तेन सोच जी जी बैठी हाँ सोच का दी है सोच तो तेन पता ही है भैन का दी है गी, ना टेंशन तो हो ही जानी है करे और भैन तो खुंडिया ही रहा आप देखा हाँ। ना है ना की दसा की ना दसा हुण जे तेरे को राय करी सी तू भी आदी कहिंदी जमीन दे मुंडा भी कहिंदे कही जांदा है आके मां तू इत्थे कल्ली रह के की करेंगी ते भी जमीन दा ऐ कर ला अद्ध चद दा कर ला सानूं कुछ ना कुछ दे दे असीं प्लाट लैणा उत्थे पर मैं तेन सही दिती है देख रहा है ना तू मैनू आदी के मैं आगे मन न सोचूंगी भी मन ना देख तू की सोचना तू सियानी कोई देख तू इन तो है ही नहीं भी कोई तू न्याणी या कामड़िया तू तो बाल गई दिमाग तेरा तो बड़ा है देख नाले जे मैं तेन ऐ आदी भी तू जवाका ने जमीन ना लवा दे ते तू उथे नाल वग जा ते की करना इथे नाल तक वग जूंगी कोई गल नहीं रात मैनू सुपना जाया जणोंदी रात सुपने च रोंदी ते मेरे तो कन्न भिज गए भी जिवें अगे मैं कल्ली जी बैठी रहिंदी सी हुण भी मैं तां कल्ली बैठी आ सुपने च मेरे नूं पुत्त तां मैनूं छड्ड की वग गए सोच जी लगी पी है फिर हुण हैगी वग जा तेरा जी लगूगा चल जे तू बाहर तेनू आए है भी चल मेनू मुड़के भी आना पै जांदा मेरा नहीं जी लगदा घर तू ना उन्होंने ना लवा कली जमीन जमीन ना लवा दे नहीं जमीन भैन सारी का क्यों लवानी है फिर भी न्याणे है चल कोई ना हजे मुंडे दे मुंह में नहीं देख के मैं ऐ लगता है भी हजे देखा तो सही है ना भी किमें है किमें चलता किमें ना न्याणा हजे कहते खुले पैसे लेके खबर किधर खराब कर दे बहु मगर लग के भी दो किले दे देनी इन दो ना तो है की बनू के तू आ रही कि मुंडे ने प्लाट लेने ने भी उथे उन्हें चाहिए ने तू दो किले तेरे नाल की खाते रख ला आपके नाव तो दूजी तू मुंडे के नाव लवा दे नहीं नहीं दूजी तो कन्न लवानी घर रख लांगे बस कहने हुण मैं आपदे मन च सोचा भी जदों मुंडा आया बाहरों मैं उहनूं कह दूं पुत्त दो किले तू बेच के ते दो किले दा प्लाट लै लै केरा इन्ना क लै लै जे इन्ना क उहने लै लिया उहनूं वधिया लग्गा मैनूं भी वधिया लग्गा फिर सारे ही लै लांगे हां चल कोई ना फिर कोल पर चनी जवाक नाल लेके जांदे होर तू ऐ दूध ते की पालदियां भाने तेन टाइम ए लगदा तन ते चिड़ियां दा दूध लै के हाजिर करिया करनगे कि जो तू उहनां दे नाम लवाता अज नाले बाहां ते जे घर लवाता ना ना सारा तो कानू लवानी है भैने लवाऊ तो दो किले कहते इन्ना तो मैं भी नहीं दत्ता लक दी दो किले लवा के देख दे जे तो मुंडे ने कहने कोई प्लाट लिया फिर तो ठीक है जे ने उल्लू गुल्लू ते करे कासे ते करे कासे ते लाते पैसे हाल खराब करते फिर सारी जमीन भी खराब कर दे चल फिर भाई मेरा तो देख आखनी है ना मैं तेन कल भी देख आई सी मेरा देख कल तेन कि कह के गई है ना अज देख मैं फिर आई हूं होंगे जवाका के नाव जुम्मा लवा दे बहन नहीं मेरे पुत दे मुंह नूं मेरे नूं तरस आउंदा देख के जवाक दे जदों कहिंदा वी आ चीजां मेरे खाण नूं जी करदा मैं तरसया बैठा मां तेरियां चीजां नूं ओहदे वी नहीं देख के मैनूं तरस आ गया हुण ना वल चल दो किले तां मैं देऊंगी वध नहीं दिंदी
ਆ ਜਾਂਦੇ ਮੁੰਡੇ ਨੂੰ ਕਰਦੀ ਆ ਗੱਲ। ਹੋਰ ਫਿਰ ਨਾ ਤੇਰੇ ਕੋਲੇ ਕਰਾਂ ਭਾਣੇ ਦੇਖਦੀ ਦੋ ਤਿੰਨ ਨੇ ਹੈ ਇੱਕ ਮਸਾ ਜਵਾਕ ਆ ਤੇਰੇ ਮਸਾ ਮਸਾ ਤੇ ਤੂੰ ਆਦੀ ਨਾ ਚਾਲ ਲੜ ਪੂਰੇ ਕਰੇ ਫਿਰ ਤਾਂ ਇਹ ਬਾਹਾਂ ਤੇ ਫਿਰ ਤੂੰ ਵੀ ਕਰਨਾ ਵੀ ਕਰਨਾ ਕੀ ਹੈ ਲਾਦ ਦੇ ਮਾਰੀ ਫਿਰਦੇ ਭਾਣੇ ਇਹਨਾਂ ਖਾਤਰ ਹੋਰ ਤਾਂ ਕੀ ਕਰਨਾ ਹੈ। ਹੋ ਤੈਨੂੰ ਵਧੀਆ ਸਾਂਭਣ ਗਏ ਕੁਛ ਨਹੀਂ ਹੁੰਦਾ ਤੇ ਤੂੰ ਮੁੰਡੇ ਨੂੰ ਰਾਏ ਕਰਕੇ ਤੇ ਉਹਦੇ ਨਾਲ ਨਾਲ ਬਹੂ ਨਾਲ ਤੇ ਤੂੰ ਨੌ ਲਵਾ ਦੇ ਉਹਨਾਂ ਦੇ ਨਾ ਨਾ ਬਹੂ ਨਾਲ ਮੈਂ ਦੇਖ ਆਖਣਾ ਫਿਰ ਭਾਈ ਤੇਰੀ ਮਰਜ਼ੀ ਆ ਬਹੂ ਨਾਲ ਤਾਂ ਕਾਦੀ ਰਾਏ ਕਰਨੀ ਹੈ ਭੈਣੇ ਕਹਿੰਦੇ ਮੈਂ ਆਪਦੇ ਪੁੱਤ ਨਾਲ ਹੀ ਕਰੂੰਗੀ ਰਾਏ ਬਹੂ ਨਾਲ ਤਾਂ ਕਾਦੀ ਰਾਏ ਬਹੂ ਤਾਂ ਕਹਿੰਦੇ ਸਮਾਂ ਦੀ ਜਾਦੇ ਨੂੰ ਹੱਥ ਮਾਰੂ ਮੇਰਾ ਪੁੱਤ ਤਾਂ 2 ਕਿੱਲੇ ਤੇ ਸਬਰ ਕਰ ਲੂ ਉਹਨੇ ਤੇ ਯਕੀਨ ਕਰਕੇ ਬਹਿ ਜਾਊਗਾ ਬਹੂ ਤਾਂ ਵਾਲੇ ਨੂੰ ਹੱਥ ਮਾਰੂਗੀ। ਚਲ ਭਾਈ ਤੇਰੀ ਮਰਜ਼ੀ ਆ ਫਿਰ ਹੋਰ ਵਡੀਆਂ ਰਾਤਾਂ ਅੱਛਾ ਕੱਲੀ ਡਰੀ ਜਾਇਆ ਕਰੇਂਗੀ ਵਧੀਆ ਮੌਜਾਂ ਨਾਲ ਜਵਾਕਾਂ ਦੇ ਨਾਲ ਵਗ ਜਾ ਤੈਨੂੰ ਵਧੀਆ ਲੈ ਕੇ ਜਾਣਗੇ। ਚੰਗਾ ਭੈਣੇ ਚਲ ਕੋਈ ਨਾ ਤੇਰਾ ਜੀ ਲੱਗ ਜੂ ਇੱਥੋਂ ਬਿਨਾ ਕੋਈ ਨਾ ਜੇ ਮੈਂ ਨਾ ਜੀ ਲੱਗਿਆ ਤੂੰ ਮੈਂ ਤੇਰੇ ਕੋਲੇ ਫੋਨ ਲਾ ਲਿਆ ਕਰੂੰ ਤੂੰ ਮੈਨੂੰ ਦੱਸ ਦੇ ਮੈਂ ਤਾਂ ਤੇਰੇ ਕੋਲੇ ਆ ਜੂ ਉੱਥੇ ਕਿਉਂਕਿ ਮੈਂ ਰਹਾਂਗੀ 10 ਦਿਨ ਤੇਰੇ ਕੋਲੇ ਵੀ ਵਧੀਆ। ਚੰਗਾ ਭੈਣੇ ਨਾਲੇ ਮੈਂ ਵੀ ਦੇਖ ਆਉਂਗੀ ਉਧਰ ਦਾ ਵਧੀਆ ਜਵਾਕਾਂ ਕੰਨੀ ਵੀ ਕਹੇ ਜਾ ਮਾਹੌਲ ਹੈਗਾ। ਨਾ ਕੋਈ ਨਾ ਭੈਣੇ ਕੋਈ ਨਾ ਲੈ ਭਾਈ ਤੈਨੂੰ ਖੁਸ਼ਖਬਰੀ ਦੇਵਾਂ। ਤਾਈ ਜੀ ਖੁਸ਼ਖਬਰੀ ਕਿਹੜੀ ਗੱਲ ਦੀ? ਹੋਰ ਭਾਈ ਤੈਨੂੰ ਲੈ ਮੈਂ ਤਾਂ ਕਹਿਦਣਾ ਹੋ ਗਿਆ ਗੜੇ ਮਾਰੀ ਜਾਂਦੀ ਨੂੰ ਹਜੇ ਭਾਈ ਮੈਨੂੰ ਕਹਦਾ ਕਾਜੀ ਭਾਈ ਤਾਈ ਭਾਈ ਜੀ ਦੱਸੋ ਤਾਂ ਸਹੀ ਮੈਂ ਭਾਈ ਮਨਾ ਲਈ ਤੇਰੀ ਬੇਬੇ ਜ਼ਮੀਨ ਨੂੰ। ਅੱਛਾ ਮੇਰੀ ਮਾਤਾ ਜੀ ਜ਼ਮੀਨ ਨੂੰ ਮੰਨ ਗਈ? ਮੰਨ ਗਈ ਭਾਈ ਮਨਾਈ ਤਾਂ ਮੈਂ ਮਾਸਾ ਹੀ ਜੀ ਮੈਂ ਤਾਂ ਮਾਸਾ ਮਿੰਤਾ ਕਰ ਕਰਕੇ 100 ਗੱਪ ਛੜਾਪ ਮਾਰਿਆ 100 ਖੁਫਰ ਟੋਲਿਆ ਮੈਂ ਤਾਂ ਤੇ ਮਾਸਾ ਮੰਨੀ ਆ ਤੇ ਮੰਨੀ ਆ ਭਾਈ ਅੱਧੀ ਤੇ। ਅੱਛਾ ਅੱਧੀ ਨੂੰ ਮੰਨੇ ਤਾਈ? ਹਾਂ ਕੋਈ ਗੱਲ ਨਹੀਂ ਤਾਈ ਮੈਂ ਤਾਂ ਪ੍ਰੀਤ ਨੂੰ ਖੁਸ਼ਖਬਰੀ ਦੇ ਦਿੰਦਾ। ਦੇਖ ਲੈ ਭਾਈ ਤੈਨੂੰ ਉਹਦੇ ਤਾਂ ਕਹਾਲ ਹੋ ਗਈ ਵੀ ਮੈਂ ਦੱਸਾਂ ਖੁਸ਼ਖਬਰੀ ਤੇ ਮੇਰਾ ਹਿੱਸਾ ਭਾਈ ਮੈਨੂੰ ਵੀ ਕੁਛ ਦੇਈ ਹੁਣ। ਉਹ ਤਾਈ ਤੁਸੀਂ ਘਬਰਾਓ ਨਾ ਛੋਡਾ ਹਿੱਸਾ ਤੁਹਾਨੂੰ ਜ਼ਰੂਰ ਦੇਵਾਂਗੇ। ਬੱਕਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਬੱਕਰੀ ਸੋ ਚੈਨਲ ਤੇ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਅਸੀਂ ਨਾਮ ਬੋਲਣ ਜਾ ਰਹੇ ਹਾਂ। ਕੁਲਵੀਰ ਗਿੱਲ, ਸ਼ਮਤਾ ਗਰਗ, ਐਚ ਪੀ, ਹਨੀ ਸਿੰਘ, ਅਨੀਤਾ ਰਾਣੀ, ਰਵਿੰਦਰ ਕੌਰ ਗੜਸਾਣਾ ਮੰਡੀ, ਬਲਜਿੰਦਰ ਸਿੰਘ ਭੂਰਾ ਮੋਹਾਲੀ, ਸੁਖਵਿੰਦਰ ਕੌਰ ਹੁਸ਼ਿਆਰਪੁਰ, ਤਰਨਵੀਰ ਸਿੰਘ ਮੋਗਾ, ਸੁਮਿਤਰਾ ਸ਼ਰਮਾ, ਸੁਦੇਸ਼ ਵਰਮਾ ਬਠਿੰਡਾ, ਰਣਜੀਤ ਬਾਠ, ਕਿਰਪਾਲ ਕੌਰ ਖਰੌੜ ਮੋਹਾਲੀ, ਦਰਸ਼ਨ ਸਿੰਘ ਚੁਨੇਰ, ਬਾਲ ਸਹੋਤਾ, ਆਇਸ਼ਾ ਭੁੱਲਰ, ਅਮਾਇਸ਼ਾ ਭੁੱਲਰ, ਜੁਗਰਾਜ ਭੁੱਲਰ, ਬੌਬੀ ਰਾਜਾ ਹਾਂਗਕਾਂਗ, ਪਰਮਜੀਤ ਕੌਰ ਮੋਗਾ, ਚਮਕੌਰ ਸਿੰਘ ਖਰੌੜ ਪਿੰਡ ਚਲੈਲਾ ਜ਼ਿਲ੍ਹਾ ਪਟਿਆਲਾ, ਕਰਮਜੀਤ ਕੌਰ, ਕਮਲ ਬੱਗਾ ਲੁਧਿਆਣਾ, ਬਲਜੀਤ ਕੌਰ, ਰਜਿੰਦਰ ਸਿੰਘ ਸੋਢੀ ਫਾਜ਼ਿਲਕਾ, ਕਮਲਦੀਪ ਬਠਿੰਡਾ, ਨਰਸੀ ਰਾਮ ਬਠਿੰਡਾ, ਅਮਰਤ ਸਿੰਘ ਪਟਿਆਲਾ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਨਾਹਰ ਸਿੰਘ, ਸੁਖਜਿੰਦਰ ਕੌਰ ਬਾਜਾਖਾਨਾ ਫਰੀਦਕੋਟ, ਨਿਰਮਲਾ ਰਾਣੀ ਬਜਾਜ ਕੋਠਾ ਗੁਰੂ ਬਠਿੰਡਾ, ਮਨੋਹਰ ਲਾਲ ਬਜਾਜ ਕੋਠਾ ਗੁਰੂ ਬਠਿੰਡਾ, ਗੁਰਦੀਪ ਸਿੰਘ ਦਿਓਂ ਨਾਮਸੋ ਦੀਪਾ, ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ, ਪਰਮਜੀਤ ਸੰਧੂ ਬੰਬੇ, ਪ੍ਰਵਿੰਦਰ ਬਰਾੜ, ਦਵਿੰਦਰ ਕੈਨੇਡਾ, ਜਸਦੀਪ ਸਿੰਘ, ਪਵਨਦੀਪ ਬੰਡਰ ਮੋਗਾ, ਲਲਿਤਾ ਦੇਵੀ, ਰਾਣਾ ਬਰਾੜ, ਦ੍ਰੁਵਿਕਾ ਸ਼ਰਮਾ, ਰੇਖਾ ਸ਼ਰਮਾ, ਰਵਿੰਦਰ ਕੌਰ ਹਮਜਾਪੁਰ, ਲਵਪ੍ਰੀਤ ਬਰਕਸ ਕੋਟਕਪੂਰਾ। ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਵੱਲੋਂ ਮੈਨੂੰ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਓ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।